पाई अमनदीप सिंह जी नू आप जी सोशल मीडिया ते भी फॉलो कर सकते हो जी। पाई साहिब दे रोजाना दे समागमा दी जानकारी अते आप सवरो परिवार सवारो समाज आपे ही सवर जाएगा। इस प्रचार दा हिस्सा बनन दे लई आप जी 7274000061 इस नंबर ते अपना नाम अते अपने शहर दा नाम लिख के व्हाट्सएप करो अते ए नंबर भी अपने मोबाइल ते सेव करन दी कृपालता करो जी। धन्यवाद। धन गुरु रामदास जी। धन गुरु रामदास जी। प्यार नाल आखो ना जी धन बाबा दीप सिंह जी। मैनू गुरमुख प्यारे दस रहे सी अमरजीत सिंह जी केंद्र तकरीबन 150-150 किलोमीटर तो भी संगत आ गई है। प्यार च यहो जे प्रेमी भी आए ने जिन्हों कीर्तन की भुख है ना संगत विच बैण की तड़प है जिन्हों एडी एडी दूरों भी संगत पहुंचिया ने कोई 100 किलोमीटर 150-200 किलोमीटर तो भी आईया संगत तुहाडे एक एक दे प्यार नू नमस्कार। 40-45 मिनट रह गए अपने बाकी ते मेरी बेनती है आ कैम होके बहना पुछना तुहाडे कोलों इधर वाले कैम हो जिन्ने उपर बैठे हाँ देखो प्यार प्यार दे विच अद्धे तो वध टाइम लंघ गया 40-45 मिनट रह गए ने यह भी लंघ जाने ने बस प्रेम दे विच सजन दा यतन करिए बहुत भावना नाल बैठे हो। जे कोई एक अद्धा मेरे वर्गा इहो जिहा ना जिहदी भावना च थोड़ी बहुत कमी होवे बस वह कमी नू कढ के बहना मैं सच कह रहा जान लगे खाली नहीं मुड़ोगे गुरु रामदास झोलियां भर के ही तोरेगा। कोई प्यार नू नमस्कार है जी। वाह वाह आओ जी मन बेनती है आखो धन गुरु रामदास जी। धन गुरु रामदास जी। धन गुरु रामदास जी। प्यार नाल सारे आखो ने जी धन बाबा दीप सिंह जी। गुरु दे शब्द दे विच बड़ी ताकत है बहुत ताकत। जदों साडा जन्म भी नहीं ना होया मां दे उदर विच सां तां वी इह शब्द ने साडी राखी कीती है। सच्चाई है मालक जी दी बाणी कह रही आखो धन गुरु रामदास जी। धन गुरु रामदास जी। मात गर्भ में आपन सिमरन दे तै तुम राखण खारे उथे भी राखी करन वाला नाम। जदों बच्चे दा जन्म होया ना जन्म तो बाद मान लो किसे कर्म दे करके कोई शरीरक रोग आ गया आई जांदे ने ना रोग ਹੁਣ ਮੰਨ ਲਓ ਸਾਡੇ ਕਰਮਾਂ ਦੇ ਵਿੱਚ ਲਿਖਿਆ ਗਿਆ ਅਸੀਂ 10 ਸਾਲ ਕੋਈ ਸਰੀਰਕ ਕਸ਼ਟ ਭੋਗਣਾ ਹੈ ਪਰ ਜਦੋਂ ਬੰਦਾ ਪਿਆਰਿਓ ਨਾਮ ਬਾਣੀ ਨਾਲ ਜੁੜਦਾ ਹੈ ਗੁਰੂ ਦੇ ਸ਼ਬਦ ਦਾ ਆਸਰਾ ਲੈਂਦਾ ਹੈ ਗੁਰੂ ਦੇ ਸ਼ਬਦ ਦਾ ਸਦਕਾ ਗੁਰੂ ਸਾਹਿਬ ਕਰਦੇ ਪਤਾ ਕੀ ਨੇ 10 ਸਾਲਾਂ ਦਾ ਜਿਹੜਾ ਸਰੀਰਕ ਕਸ਼ਟ ਹੈ ਨਾ ਉਹ 10 ਮਿੰਟਾਂ 'ਚ ਵੀ ਕੱਟ ਦਿੰਦੇ ਨੇ। ਦਸਾਂ ਮਿੰਟਾਂ ਦੀ ਆਈ ਹੋਈ ਤਕਲੀਫ ਨੂੰ ਮੇਰਾ ਦਾਤਾ ਸੁਪਨੇ 'ਚ ਵੀ ਕੱਟ ਸਕਦਾ ਉਹਦੇ ਕੋਲ ਸਾਰੇ ਖਾਤੇ ਨੇ ਸਾਰੇ। ਹਰ ਵੇਲੇ ਸ਼ਬਦ ਦੇ ਨਾਲ ਜੁੜੋ। ਮੈਂ ਕੰਮ ਕਰਦਿਆਂ ਵੀ ਬਸ ਅੰਦਰ ਵਾਹਿਗੁਰੂ ਚਲਾਉਣ ਦਾ ਯਤਨ ਕਰੋ। ਇਹ ਨਹੀਂ ਕਿ ਕੰਮ ਕਰ ਛੱਡ ਕੇ ਨਹੀਂ 2.5 ਘੰਟੇ ਦਾ ਸਮਾਂ ਤਾਂ ਜਿਹੜਾ ਦੇਣਾ ਹੀ ਹੈ ਨਾ ਲੇਖੇ ਲਾਉਣਾ ਹੀ ਹੈ ਉਹ ਤੋਂ ਇਲਾਵਾ ਕੰਮ ਕਾਰ ਕਰਦਿਆਂ ਤੁਸੀਂ ਵੀ ਭੈਣੋ ਘਰ ਦਾ ਕੰਮ ਕਾਰ ਕਰਦੀਆਂ ਜੇ ਰੋਟੀ ਬਣਾਉਂਦੀਆਂ ਜੇ ਆਏ ਗਏ ਪ੍ਰਾਹੁਣਿਆਂ ਨੂੰ ਅਟੈਂਡ ਕਰਦੀਆਂ ਜੇ ਪਤੀ ਨੂੰ ਆਫਿਸ ਤੋਰਨਾ ਬੱਚਿਆਂ ਨੂੰ ਸਕੂਲ ਤੋਰਨਾ ਘਰ ਦਾ ਕੰਮ ਕਰਦੀਆਂ ਜੇ ਨਾ ਉਹ ਯਤਨ ਕਰੋ। ਘਰ ਦਾ ਕੰਮ ਕਰਦਿਆਂ ਵੀ ਇਹ ਗੁਰੂ ਦਾ ਸ਼ਬਦ ਚੱਲੇ। ਅਸੀਂ ਦੁਕਾਨਾਂ 'ਤੇ ਬਹਿੰਦੇ ਹਾਂ ਹੱਟੀਆਂ 'ਤੇ ਜਾਂਦੇ ਹਾਂ ਆਫਿਸ ਦੇ ਵਿੱਚ ਜਾਂਦੇ ਹਾਂ ਦਫ਼ਤਰਾਂ 'ਚ ਜਾਂਦੇ ਸੁਣਿਓ ਧਿਆਨ ਨਾਲ ਕੋਈ ਨੌਕਰੀ ਕਰਦਾ ਕੋਈ ਬਿਜ਼ਨਸ ਕਰਦਾ ਯਤਨ ਕਰੀਏ ਹਰ ਕੰਮ ਕਰਦਿਆਂ ਹੱਥ ਕਾਰ ਵੱਲ ਤੇ ਚਿੱਤ ਨਿਰੰਕਾਰ ਵੱਲ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਰੀਰਕ ਕਸ਼ਟ ਤੋਂ ਵੀ ਰਾਖੀ ਕਰਦਾ ਨਾਮ ਗੁਰੂ ਦਾ
नाम ते सच्चाई है, सच्चाई सच्चाई। शरीरक कष्ट जे आ गया ना राखी ना, मैनू कुदरती गल चेते आ गई, ये मैं सोच के नहीं सी बैठा, सोचिया कुछ होर है पर हो हुण कुछ होर रहा। ਇਹਦਾ ਮਤਲਬ ਇਹ ਭਾਰ ਹੈ ਮੇਰੇ ਸਾਹਿਬ ਨੂੰ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਸੱਚ ਕਹਿ ਰਿਹਾ, ਕਈ ਵਾਰੀ ਸੋਚ ਕੇ ਕੁਝ ਬੈਠੀਦਾ ਪਰ ਸੰਗਤ ਦੇ ਮਾਹੌਲ ਵੱਲ ਵੇਖ ਕੇ ਹੋ ਕੁਝ ਹੋਰ ਦਾ ਹੋਰ ਜਾਂਦਾ। ਭਾਈ ਰਣਧੀਰ ਸਿੰਘ ਜੀ ਮਹਾਂਪੁਰਖ ਬੜੇ ਪਿਆਰੇ ਅਖੰਡ ਕੀਰਤਨੀ ਜੱਥੇ ਦੇ, ਉਹ ਗੁਰੂ ਕੇ ਲਾਲ ਜਿਨ੍ਹਾਂ ਨੇ ਸੰਗਤ ਨੂੰ ਵਾਹਿਗੁਰੂ ਸ਼ਬਦ ਦੇ ਨਾਲ ਜੋੜਿਆ। ਭਾਈ ਸਾਹਿਬ ਦੇ ਜੀਵਨ ਦੇ ਵਿੱਚੋਂ ਇੱਕ ਜ਼ਿਕਰ ਮਿਲਦਾ, ਇਹਨਾਂ ਦੇ ਪਿਤਾ ਜੀ ਦੀ ਨਾ ਤਬੀਅਤ ਖਰਾਬ ਹੋਈ, ਪੇਟ ਦੇ ਵਿੱਚ ਨਾ ਪਾਣੀ ਭਰ ਜਾਂਦਾ ਸੀ, ਇਹਨਾਂ ਦੇ ਪਿਤਾ ਜੀ ਦੇ ਪੇਟ 'ਚ ਪਾਣੀ ਭਰਨਾ, ਇਲਾਜ ਕਰਾਉਣਾ, ਜਿੰਨਾ ਕੁ ਪਾਣੀ ਕਢਵਾਉਣਾ ਉਨਾ ਕੁ ਫਿਰ ਭਰ ਜਾਣਾ, ਅਤੇ CMC ਹਸਪਤਾਲ ਲੁਧਿਆਣੇ ਦਾਖਲ ਕਰਵਾਇਆ। ਹੁਣ ਜਦੋਂ ਦਾਖਲ ਕਰਵਾਇਆ ਨਾ, ਡਾਕਟਰ ਇਲਾਜ ਕਰਦੇ ਨੇ, ਜਿੰਨਾ ਕੁ ਪਾਣੀ ਪੇਟ 'ਚੋਂ ਕੱਢਦੇ ਉਹਨਾਂ ਫਿਰ ਭਰ ਜਾਂਦਾ। ਅਤੇ ਅੱਜ ਡਾਕਟਰਾਂ ਨੇ ਵੀ ਨਾ ਇੰਨੀ ਗੱਲ ਕਹਿਤੀ ਭਾਈ ਰਣਧੀਰ ਸਿੰਘ ਜੀ ਨੂੰ, ਕਹਿੰਦੇ ਬੇਟਾ ਅਸੀਂ ਜਿੰਨਾ ਕੁ ਤੁਹਾਡੇ ਪਿਤਾ ਜੀ ਦਾ ਇਲਾਜ ਕਰ ਸਕਦੇ ਸਨ ਉਹਨਾਂ ਕਰ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਇਹਨਾਂ ਦਾ ਇਲਾਜ ਅਸੀਂ ਨਹੀਂ ਕਰ ਸਕਦੇ, ਸਾਡੇ ਹੱਥ ਖੜੇ ਨੇ, ਇਉਂ ਕਰੀ ਪੁੱਤਰ ਅੱਜ ਸ਼ਾਮੀ ਇਹਨਾਂ ਨੂੰ ਘਰ ਲੈ ਜੀ। ਹੁਣ ਭਾਈ ਰਣਧੀਰ ਸਿੰਘ ਜੀ ਨੂੰ ਡਾਕਟਰ ਜਦੋਂ ਇੰਨੀ ਗੱਲ ਕਹਿ ਗਏ, ਚਿਹਰੇ ਤੇ ਉਦਾਸੀ। ਇਹਨੇ ਨੂੰ ਇਹਨਾਂ ਦੇ ਪਿਤਾ ਜੀ ਦਾ ਪਤਾ ਲੈਣ ਵਾਸਤੇ ਆਏ ਸੰਤ ਹੀਰਾ ਸਿੰਘ ਜੀ। ਜਦੋਂ ਆਏ ਨਾ, ਭਾਈ ਰਣਧੀਰ ਸਿੰਘ ਜੀ ਦੀ ਛੋਟੀ ਉਮਰ ਤੇ ਚਿਹਰਾ ਉਦਾਸ ਵੇਖਿਆ ਤੇ ਪੁੱਛਦੇ ਨੇ, ਕਾਕਾ ਚਿਹਰੇ ਤੇ ਉਦਾਸੀ ਕਿਉਂ ਹੈ? ਤੇ ਉਸ ਵੇਲੇ ਭਾਈ ਸਾਹਿਬ ਪਤਾ ਕੀ ਕਹਿੰਦੇ, ਛੋਟੀ ਉਮਰ, ਕਹਿੰਦੇ ਜੀ ਚਿਹਰਾ ਤਾਂ ਕਰਕੇ ਉਦਾਸ ਹੈ ਕਿ ਅੱਜ ਮੇਰੇ ਪਿਤਾ ਜੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਹ ਬਿਮਾਰੀ ਦਾ ਇਲਾਜ ਉਹ ਨਹੀਂ ਕਰ ਸਕਦੇ, ਤਾਂ ਉਦਾਸੀ ਹੈ। ਤੇ ਉਸ ਵੇਲੇ ਸੰਤ ਹੀਰਾ ਸਿੰਘ ਜੀ ਪਤਾ ਕੀ ਕਹਿੰਦੇ, ਕਹਿੰਦੇ ਪੁੱਤਰ ਡਾਕਟਰਾਂ ਨੇ ਜਵਾਬ ਦਿੱਤਾ, ਗੁਰੂ ਰਾਮਦਾਸ ਨੇ ਜਵਾਬ ਤੇ ਨਹੀਂ ਨਾ ਦਿੱਤਾ। ਡਾਕਟਰਾਂ ਨੇ ਜਵਾਬ ਦਿੱਤਾ ਹੈ, ਗੁਰੂ ਰਾਮਦਾਸ ਨੇ ਜਵਾਬ ਤੇ ਨਹੀਂ ਨਾ ਦਿੱਤਾ। ਹੌਸਲਾ ਨਾ ਢਾ, ਆਸ ਨਾ ਛੱਡ, ਇੱਕ ਕੰਮ ਕਰ ਜੀ, ਹੁਕਮ ਕਰੋ। ਕਹਿੰਦੇ ਆਪਣੇ ਪਿਤਾ ਜੀ ਦੇ ਸਿਰਹਾਣੇ ਵਾਲੇ ਪਾਸੇ ਮੁੱਖ ਕਰਕੇ ਬਹਿ ਜਾ, ਪੰਜ ਪਾਠ ਲਾ ਜਪਜੀ ਸਿਰੀ, ਤੇ ਜਦੋਂ ਇੱਕ ਪਾਠ ਪੂਰਾ ਹੋ ਜੇ ਉਸ ਤੋਂ ਬਾਅਦ 2 ਮਿੰਟ, 3 ਮਿੰਟ, 5 ਮਿੰਟ, ਜਿੰਨਾ ਤੇਰਾ ਦਿਲ ਕਰਦਾ ਹੈ ਨਾ ਇਹ ਜਪਣਾ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਕਹਿੰਦੇ ਪੰਜ ਪਾਠਾਂ ਦੀ ਇੱਦਾਂ ਹਾਜ਼ਰੀ ਲਾ ਲੈ, ਗੁਰੂ ਆਪੇ ਅੰਗ ਸੰਗ ਹੋ ਕੇ ਵਰਤੇਗਾ। ਹੁਣ ਵੇਖੋ, ਮਹਾਂਪੁਰਖ ਤੇ ਇੰਨੀ ਗੱਲ ਕਹਿ ਕੇ ਚਲੇ ਗਏ ਪਰ ਭਾਈ ਰਣਧੀਰ ਸਿੰਘ ਜੀ ਦੇ ਦਿਲ ਦੇ ਉੱਤੇ ਗੱਲ ਅਸਰ ਕਰ ਗਈ। ਪਿਤਾ ਜੀ ਦੇ ਸਿਰਹਾਣੇ ਵਾਲੇ ਪਾਸੇ ਬਹਿ ਗਏ, ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਤੇ ਜਦੋਂ ਪਾਠ ਸੰਪੂਰਨ ਹੋਇਆ ਪੜ੍ਹਦੇ ਨੇ ਸ੍ਰੀ ਹਰਿ ਕ੍ਰਿਸ਼ਨ ਜਿਸ ਡਿੱਠੇ ਸਭ ਦੁੱਖ ਜਾਏ। ਫਿਰ ਦੂਜਾ ਪਾਠ, ਤੀਜਾ ਪਾਠ, ਚੌਥਾ ਪਾਠ, ਜਦੋਂ ਪੰਜਵਾਂ ਪਾਠ ਕਰ ਰਹੇ ਨਾ, ਜਦੋਂ ਇੱਥੇ ਪਹੁੰਚੇ ਨਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼, ਮਨ ਜੁੜ ਗਿਆ। ਬਸ ਆਹੀ ਪੜ੍ਹੀ ਜਾਂਦੇ ਨੇ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ, ਬਸ ਆਹੀ ਪੜ੍ਹੀ ਜਾਂਦੇ। ਹੁਣ ਅੱਧਾ ਘੰਟਾ ਮਨ ਜੁੜਿਆ, ਘੰਟਾ ਜੁੜਿਆ, ਡੇਢ ਘੰਟਾ ਜੁੜਿਆ, ਇਹ ਤੇ ਹੋਈ ਜਾਣ। ਹੁਣ ਪਿਆਰੇ, ਉਹ ਜਦੋਂ ਪਾਠ ਦੀ ਸੰਪੂਰਨਤਾ ਹੀ ਕੀਤੀ, ਆ ਪੜਿਆ, ਉਸ ਤੋਂ ਬਾਅਦ ਸ੍ਰੀ ਹਰਿ ਕ੍ਰਿਸ਼ਨ ਜਿਸ ਡਿੱਠੇ ਸਭ ਦੁੱਖ ਜਾਏ। ਤੇ ਜਦੋਂ ਹੁਣ ਅਰਦਾਸ ਕਰਕੇ ਆਪਣੀਆਂ ਅੱਖਾਂ ਖੋਲੀਆਂ ਨਾ, ਤੇ ਕੀ ਵੇਖਦੇ ਨੇ, ਪਿਤਾ ਜੀ ਦਾ ਜਿਹੜਾ ਪੇਟ ਪਾਣੀ ਦੇ ਨਾਲ ਭਰਿਆ ਪਿਆ ਸੀ, ਗੁਬਾਰੇ ਵਾਂਗੂ ਫੁੱਲਿਆ ਪਿਆ ਸੀ ਨਾ, ਪਾਣੀ ਸਾਰਾ ਪੇਟ ਰਾਹੀਂ ਬਾਹਰ ਨਿਕਲਿਆ ਹੋਇਆ ਤੇ ਪੇਟ ਪੂਰਾ ਲੱਕ ਦੇ ਨਾਲ ਲੱਗਾ ਹੋਇਆ। ਪੇਟ ਬਿਲਕੁਲ ਲੱਕ ਦੇ ਨਾਲ ਲੱਗਿਆ ਪਿਆ, ਸਮਝ ਨਹੀਂ ਆ ਰਹੀ ਹੋਇਆ ਕੀ। ਇਹਨਾਂ ਨੂੰ ਡਾਕਟਰ ਆ ਗਏ, ਸ਼ਾਮਾਂ ਪਈਆਂ ਨੇ, ਡਾਕਟਰ ਆਏ, ਬੇਟਾ ਤੈਨੂੰ ਕਿਹਾ ਸੀ ਅੱਜ ਛੁੱਟੀ ਕਰ, ਅਜੇ ਕਹਿ ਹੀ ਰਿਹਾ ਡਾਕਟਰ। ਇੱਕਦਮ ਵੇਖਦਾ ਕਿ ਇਹਨਾਂ ਦੇ ਪਿਤਾ ਜੀ ਦਾ ਜਿਹੜਾ ਪੇਟ ਇਲਾਜ ਆਪਾਂ ਕਰਦੇ ਸਾਂ, ਜਿੰਨਾ ਪਾਣੀ ਕੱਢਦੇ ਫਿਰ ਭਰ ਜਾਂਦਾ ਸੀ, ਹੁਣ ਤੇ ਪੇਟ ਆ ਲੱਕ ਦੇ ਨਾਲ ਲੱਗਿਆ ਪਿਆ।
ਤੇ ਉਸ ਵੇਲੇ ਡਾਕਟਰ ਕਹਿੰਦੇ ਬੇਟਾ ਆ ਕੀ ਵਰਤਿਆ ਤੇ ਭਾਈ ਰਣਧੀਰ ਸਿੰਘ ਜੀ ਕਹਿੰਦੇ ਇਹ ਜਿਹੜੀ ਮਹਾਂਪੁਰਖ ਸੰਤ ਹੀਰਾ ਸਿੰਘ ਜੀ ਗੁਰੂ ਦੇ ਸ਼ਬਦ ਦੀ ਗੁਰੂ ਦੀ ਬਾਣੀ ਦੀ ਦਵਾਈ ਦੇ ਗਏ ਨਾ ਇਹ ਗੁਰੂ ਦੇ ਸ਼ਬਦ ਦੀ ਦਵਾਈ ਨੇ ਆਪਣਾ ਅਸਰ ਵਿਖਾ ਦਿੱਤਾ ਹੈ ਇਹਨੂੰ ਐਵੇਂ ਗੱਲਾਂ ਨਾ ਸਮਝਿਓ ਗੱਲਾਂ ਨਾ ਸਮਝਿਓ ਮੈਂ ਗੁਰੂ ਪਿਤਾ ਜੀ ਦੀ ਹਜ਼ੂਰੀ 'ਚ ਕਹਿ ਰਿਹਾ ਜਿਨ੍ਹਾਂ ਨਾਲ ਅੱਜ ਦੀ ਤਰੀਕ 'ਚ ਵੀ ਆਹ ਚੀਜ਼ਾਂ ਵਰਤਦੀਆਂ ਨੇ ਉਹਨਾਂ ਨੂੰ ਪਤਾ ਹੈ ਪਤਾ ਹੈ ਅੱਜ ਵੀ ਪਿਤਾ ਜੀ ਕਿਤੇ ਦੂਰ ਥੋੜ੍ਹੀ ਗਏ ਨੇ ਇਹ ਕੋਈ ਪਹਿਲੇ ਥੋੜ੍ਹੀ ਕੱਲਾ ਲਿਖੇ ਹੈ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸੁਬੰਧ ਸਰਬਦਾ ਸਰਬ ਜੁਗਤੇ ਦੁਕਾਲੰਗ ਪਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ ਇਹ ਕਲਗੀਧਰ ਪਿਤਾ ਜੀ ਨੇ ਕੱਲਾ ਉਦੋਂ ਥੋੜ੍ਹੀ ਲਿਖਿਆ ਅੱਜ ਵੀ ਅੰਗ ਸੰਗ ਹੋ ਕੇ ਸਹਿਬ ਵਰਤਦੇ ਨੇ ਬਸ ਕੋਈ ਉਹਦੇ ਨਾਲ ਪ੍ਰੇਮ ਕਰਨ ਵਾਲਾ ਹੋਵੇ ਸਹੀ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਸਰੀਰਕ ਰੋਗ ਆ ਗਿਆ ਉਹਦੇ ਤੋਂ ਰਾਖੀ ਵੀ ਗੁਰੂ ਦਾ ਸ਼ਬਦ ਕਰਦਾ ਤੇ ਜੇ ਪਿਆਰਿਓ ਸੰਸਾਰ ਵਿੱਚ ਚੱਲਦਿਆਂ ਚੱਲਦਿਆਂ ਕੋਈ ਗਰੀਬੀ ਆ ਗਈ ਫੜ ਲੈ ਹਾਂ ਮਾਲਕ ਦੇ ਚਰਨ ਐਵੇਂ ਧਾਗੇ ਤਵੀਤਾਂ ਵਾਲਿਆਂ ਦੇ ਮਗਰ ਨਾ ਲੱਗੀ ਹੈਂਜੀ ਐਵੇਂ ਜੋਛੀਆਂ ਦੇ ਮਗਰ ਨਾ ਲੱਗੀ ਐਵੇਂ ਟੇਵੇ ਵਾਲਿਆਂ ਦੇ ਮਗਰ ਨਾ ਲੱਗੀ ਐਵੇਂ ਦੂਜੀਆਂ ਥਾਵਾਂ ਤੇ ਜਾ ਕੇ ਚੱਦਰਾਂ ਨਾ ਚੜਾਉਣ ਲੱਗ ਪਈ ਐਵੇਂ ਰਾਸ਼ੀਆਂ ਦੇ ਚੱਕਰਾਂ 'ਚ ਨਾ ਪੈ ਜੀ ਨਗਾਂ ਵਾਲੀਆਂ ਮੁੰਦਰੀਆਂ ਨਾ ਪਾਉਣ ਲੱਗ ਪਈ ਐਵੇਂ ਵਸਤੂ ਸ਼ਾਸਤਰ ਦੇ ਚੱਕਰ 'ਚ ਨਾ ਪੈ ਜੀ ਉਹ ਜੇ ਕਰਮਾਂ ਕਰਕੇ ਕੋਈ ਗਰੀਬੀ ਆ ਹੀ ਗਈ ਹੈ ਨਾ ਫੜ ਲੈ ਨੇਮ ਵਧਾ ਕੇ ਮਾਲਕ ਦੇ ਚਰਨ ਫੜ ਚਰਨ ਨਿੱਤ ਨੇਮ ਵਧਾ ਬੰਦਗੀ ਦਾ ਪੈਰਾ ਵਧਾ ਸ਼ਬਦ ਦਾ ਉਹ ਟਸਦਾ ਲੈ ਗੁਰੂ ਦੇ ਸ਼ਬਦ ਵਿੱਚ ਏਡੀ ਤਾਕਤ ਹੈ ਏਡੀ ਤਾਕਤ ਜੇ ਤੇਰੇ ਕਰਮਾਂ 'ਚ ਲਿਖਿਆ ਨਾ 20 ਸਾਲ ਤੋਂ ਗਰੀਬੀ ਦੇ ਭੋਗਣੇ ਨੇ ਉਹ 20 ਸਾਲਾਂ ਦੀ ਗਰੀਬੀ ਨੂੰ ਦਾਤਾ ਸੁਪਨੇ 'ਚ ਕੱਟ ਦਿੰਦਾ ਸੱਚਾਈਆਂ ਕਹਿ ਰਹੇ ਹਾਂ ਸੱਚਾਈਆਂ ਅੰਦਰੋਂ ਬਣੋ ਤੇ ਸਹੀ ਬਣੋ ਤੇ ਸਹੀ ਉਹਦੇ ਸੱਚੀ ਗੱਲ ਅਸੀਂ ਅੰਦਰੋਂ ਨਹੀਂ ਬਣਦੇ ਉਹਦੇ ਅਸੀਂ ਤੇ ਦੂਜੀਆਂ ਆਪਣੇ ਅੰਦਰ ਆਸਾਵਾਂ ਰੱਖੀਆਂ ਹੁੰਦੀਆਂ ਨੇ ਦੂਜੀਆਂ ਥਾਵਾਂ ਦੀ ਟੇਕ ਰੱਖੀ ਹੁੰਦੀ ਹੈ ਗੁਰੂ ਘਰ ਵੀ ਆ ਜਾਂਦੇ ਆ ਦੂਜਾ ਕੰਮ ਵੀ ਕਰਨ ਲੱਗ ਪਏ ਨੇ ਚੱਲ ਬਈ ਜੋਤਸ਼ੀ ਨੂੰ ਵਿਖਾ ਹੀ ਲੈਂਦੇ ਹਾਂ ਹੈਂਜੀ ਫਿਰ ਬਾਪੂ ਕਹਿੰਦਾ ਪਹਿਲੇ ਲਾਲਾ ਜੋਰ ਆਪਣੇ ਆਖੋ ਧੰਨ ਗੁਰੂ ਰਾਮਦਾਸ ਜੀ ਦਰੋਪਦਾ ਨੇ ਆਹੀ ਤੇ ਗੱਲ ਕਹੀ ਸੀ ਆਹੀ ਗੱਲ ਭਾਈ ਗੁਰਦਾਸ ਜੀ ਨੇ 12 ਚ ਦਰਜ ਕੀਤਾ ਅੰਦਰ ਸਭਾ ਦੁਸਾਸ ਨੇ ਮੱਥੇ ਵਾਲ ਦਰੋਪਦੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ ਹੁਣ ਜਦੋਂ ਦਰੋਪਦੀ ਦੀ ਪੈਜ ਰੱਖੀ ਗਈ ਨਾ ਭਗਵਾਨ ਜੀ ਦੇ ਜਦੋਂ ਦਰਸ਼ਨ ਹੋਏ ਤੇ ਭਗਵਾਨ ਦਾ ਸ਼ੁਕਰਾਨਾ ਕੀਤਾ ਤੇ ਨਾਲ ਪਤਾ ਕੀ ਆਖਿਆ ਕਹਿਣ ਲੱਗੀ ਭਗਵਾਨ ਜੀ ਤੁਹਾਡਾ ਸ਼ੁਕਰਾਨਾ ਵੀ ਤੇ ਇੱਕ ਉਲਾਂਭਾ ਵੀ ਹੈ ਸ਼ੁਕਰਾਨਾ ਕਿ ਤੁਸੀਂ ਭਰੀ ਸਭਾ ਵਿੱਚ ਮੈਨੂੰ ਨਗਨ ਹੋਣ ਤੋਂ ਬਚਾਇਆ ਪਰ ਉਲਾਂਭਾ ਤਾਂ ਹੈ ਆਉਣ ਵਿੱਚ ਇੰਨੀ ਦੇਰੀ ਕਿਉਂ ਲਾਤੀ ਉਸ ਵੇਲੇ ਕ੍ਰਿਸ਼ਨ ਜੀ ਪਤਾ ਕੀ ਕਹਿੰਦੇ ਦਰੋਪਦੀ ਮੇਰੇ ਦੇਰ ਨਾਲ ਆਉਣ ਦਾ ਕਾਰਨ ਵੀ ਤੂੰ ਹੀ ਸੈਂ ਜਦੋਂ ਭਰੀ ਸਭਾ ਵਿੱਚ ਤੈਨੂੰ ਨਗਨ ਕਰਨ ਲੱਗੇ ਨਾ ਸਭ ਤੋਂ ਪਹਿਲੇ ਤੇਰਾ ਧਿਆਨ ਗਿਆ ਆਪਣੇ ਪਾਂਡਵਾਂ ਵੱਲ ਪਤੀਆਂ ਵੱਲ ਕੀ ਹੈ ਮੇਰੀ ਇੱਜ਼ਤ ਦੀ ਬੇਪਤੀ ਨਹੀਂ ਹੋਣ ਦੇਣਗੇ ਪਰ ਜਦੋਂ ਉਹਨਾਂ ਨੇ ਵੀ ਤੇਰੀ ਰਾਖੀ ਨਾ ਕੀਤੀ ਵੱਡੇ ਵੱਡੇ ਬੈਠੇ ਸੀ ਭੀਸ਼ਮ ਪਤਾਮਾ ਵਰਗੇ ਦਰੋਣਾਚਾਰਿਆ ਵਰਗੇ ਤੇਰਾ ਧਿਆਨ ਉਹਨਾਂ ਵੱਲ ਗਿਆ ਇਹ ਮੇਰੀ ਇੱਜ਼ਤ ਬਚਾਉਣਗੇ ਜਦੋਂ ਉਹਨਾਂ ਵੀ ਤੇਰੀ ਪੈਜ ਨਾ ਰੱਖੀ ਇੱਜ਼ਤ ਨਾ ਰੱਖੀ ਉਸ ਤੋਂ ਬਾਅਦ ਤੈਨੂੰ ਆਪਣੇ ਦੰਦਾਂ ਦੇ ਉੱਤੇ ਬੜਾ ਮਾਣ ਸੀ ਕਿ ਮੈਂ ਸਾੜੀ ਦਾ ਪੱਲੂ ਦੰਦਾਂ ਦੇ ਵਿੱਚ ਰੱਖ ਲਿਆ ਘੁੱਟ ਕੇ ਫੜਿਆ ਇਹ ਦੁਸ਼ਾਸਨ ਮੈਨੂੰ ਨਗਨ ਕਰ ਹੀ ਨਹੀਂ ਸਕਦਾ ਕਹਿੰਦੇ ਜਦੋਂ ਤੇਰੇ ਮੁੱਖ ਦੇ ਵਿੱਚੋਂ ਵੀ ਉਹਨੇ ਜ਼ੋਰ ਨਾਲ ਸਾੜੀ ਖਿੱਚੀ ਉਸ ਤੋਂ ਬਾਅਦ ਤੈਨੂੰ ਆਪਣੀਆਂ ਬਾਹਾਂ ਤੇ ਹੱਥਾਂ ਤੇ ਮਾਣ ਆ ਗਿਆ ਹੱਥ ਮੇਰੇ ਬੜੇ ਤਾਕਤਵਰ ਨੇ ਹੱਥਾਂ ਦੇ ਵਿੱਚੋਂ ਸਾੜੀ ਕਿਤੇ ਜਾ ਨਹੀਂ ਸਕਦੀ ਤੇ ਜਦੋਂ ਦੁਸ਼ਾਸਨ ਨੇ ਤੇਰੇ ਹੱਥਾਂ ਤੋਂ ਵੀ ਸਾੜੀ ਖਿੱਚੀ ਨਾ ਜਦੋਂ ਸਾਰੇ ਆਸਰੇ ਤੂੰ ਵੇਖ ਲੈ ਕਿ ਕੋਈ ਆਸਰਾ ਮੇਰੇ ਕੰਮ ਨਹੀਂ ਆ ਰਿਹਾ ਸਭ ਪਾਸੋਂ ਨਿਆਸਰੀ ਬਣ ਕੇ ਜਦੋਂ ਤੂੰ ਮੈਨੂੰ ਮਾਰ ਆਵਾਜ਼ ਮਾਰੀ ਉਹ ਦਰੋਪਦੀ ਮੈਂ ਤੇ ਉਸੇ ਵੇਲੇ ਹੀ ਆ ਗਿਆ ਸਾਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਦੋਂ ਸਭ ਪਾਸਿਓਂ ਨਿਆਸਰੀ ਬਣ ਕੇ ਤੂੰ ਮੈਨੂੰ ਬੁਲਾਇਆ ਨਾ ਮੈਂ ਤੇ ਉਸੇ ਵੇਲੇ ਆ ਗਿਆ ਮੈਂ ਤੇ ਫਿਰ ਦੇਰੀ ਨਹੀਂ ਲਾਈ ਕੋਈ ਵੇਖੋ ਪਿਆਰੇ ਆ ਮਾਲਕ ਪਿਤਾ ਬੈਠਾ ਹੈ ਨਾ ਮੇਰਾ
ਜਦੋਂ ਨਿਆਸਰੇ ਬਣਦੇ ਆ ਨਾ, ਅਸੀਂ ਤੇ ਆਸਰੇ ਬੜੇ ਰੱਖੇ ਹੋਏ ਨੇ। ਜੋਛੀਆਂ ਦੇ ਆਸਰੇ ਰੱਖ ਲਏ, ਟੇਵੇ ਵਾਲਿਆਂ ਦੇ ਆਸਰੇ ਰੱਖ ਲਏ, ਨਗਾਂ ਵਾਲੀਆਂ ਮੁੰਦਰੀਆਂ ਦੇ ਆਸਰੇ ਰੱਖ ਲਏ, ਉਹ ਬਾਬਿਆਂ ਦੇ ਆਸਰੇ ਰੱਖ ਲਏ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਦੇ ਨੇ ਤੇ ਆਪ ਹੀ ਰੱਬ ਬਣੇ ਹੋਏ ਨੇ। ਇਹ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦਾ ਬਚਨ ਖਿਰਦਿਆਂ ਤੇ ਲਿਖ ਲਿਓ। ਕਹਿੰਦੇ ਗੁਰੂਆਂ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ, ਗੁਰੂਆਂ ਦੇ ਗੁਰੂ, ਤੇ ਸੰਗਤ ਉਸ ਸਿੱਖ ਦੀ ਕਰੋ, ਉਸ ਸਾਧੂ ਦੀ ਕਰੋ, ਉਸ ਮਹਾਤਮਾ ਦੀ ਕਰੋ ਜਿਹੜਾ ਸਿੱਧਾ ਤੁਹਾਨੂੰ ਗੁਰੂ ਦੇ ਚਰਨਾਂ ਨਾਲ ਜੋੜੇ। ਜਿਹੜਾ ਆਪਣੇ ਆਪ ਦੇ ਵਿੱਚ ਕੁਝ ਬਣ ਜਾਵੇ ਨਾ, ਉਹਦੇ ਤੋਂ ਕਿਨਾਰਾ ਕਰ ਲਓ ਅੱਜ ਨਹੀਂ ਤੇ ਕੱਲ੍ਹ ਉਹਨੇ ਡੁੱਬਣਾ, ਤੁਹਾਨੂੰ ਵੀ ਲੈ ਡੁੱਬਣਾ ਜੇ ਉਹਦੇ ਤੋਂ ਕਿਨਾਰਾ ਕਰ ਲਓ। ਮੇਰੀ ਬੇਨਤੀ, ਅਸੀਂ ਬੜੇ ਆਸਰੇ ਪਾਲੇ ਹੋਏ ਨੇ ਆਪਣੇ ਅੰਦਰ। ਮੈਨੂੰ ਤੇ ਮੇਰੇ ਰਿਸ਼ਤੇਦਾਰਾਂ ਦਾ ਬੜਾ ਆਸਰਾ ਹੈ, ਬੜੇ ਵੱਡੇ ਨੇ, ਪਰ ਜਦੋਂ ਮੁਸ਼ਕਲ ਦਾ ਸਮਾਂ ਆਉਂਦਾ ਨਾ, ਸਭ ਤੋਂ ਪਹਿਲੇ ਪਿੱਠ 'ਤੇ ਲੱਤ ਉਹੀ ਮਾਰਦੇ ਨੇ। ਸੱਚੀ ਗੱਲ ਹੈ ਨਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਉਹ ਨਿਆਸਰੇ ਬਣ ਕੇ ਉਹਦੇ ਚਰਨ ਫੜ ਲਓ। ਜੇ ਗਰੀਬੀ ਆ ਗਈ ਹੈ ਨਾ, ਟੈਨਸ਼ਨ ਕਾਹਦੀ, ਗਰੀਬੀ ਵੱਡੀ ਨਹੀਂ, ਮਾਲਕ ਦੀ ਮਿਹਰ ਵੱਡੀ ਹੈ, ਮੇਰਾ ਮਾਲਕ ਵੱਡਾ ਹੈ। ਉਹ ਮੁਸ਼ਕਲਾਂ ਨੂੰ ਇਹ ਨਾ ਆਖੋ ਤੁਸੀਂ ਬੜੀਆਂ ਵੱਡੀਆਂ, ਮੁਸ਼ਕਲਾਂ ਨੂੰ ਇਹ ਕਹੋ ਮੇਰਾ ਮਾਲਕ ਬੜਾ ਵੱਡਾ ਹੈ। ਨਿਤਨੇਮ ਵਧਾ ਕੇ ਫੜ ਲਓ ਚਰਨ ਮਾਲਕ ਦੇ। ਉਹ 20 ਸਾਲਾਂ ਦੀ ਗਰੀਬੀ ਨੂੰ 20 ਮਿੰਟਾਂ ਸਕਿੰਟਾਂ 'ਚ ਨਾ ਕੱਟੂ ਤੇ ਜੋ ਮਰਜ਼ੀ ਮੈਨੂੰ ਕਹਿ ਦੇਣ, ਪਰ ਬਣੇ ਉਹਨੇ ਆਸਰੇ ਪਹਿਲੇ ਰੱਖਿਓ, ਪੂਰੀ ਸ਼ਰਧਾ ਪੂਰਾ ਭਰੋਸਾ। ਮੈਂ ਜਿਹੜੀ ਗੱਲ ਕਰ ਰਿਹਾ, ਗਰਭ ਦੇ ਵਿੱਚ ਰੱਖੀ ਨਾਮ, ਜਨਮ ਲੈਣ ਤੋਂ ਬਾਅਦ ਜੇ ਸਰੀਰਕ ਕਸ਼ਟ ਆ ਗਿਆ ਉਹਦੇ ਤੋਂ ਰੱਖੀ ਨਾਮ, ਜੇ ਗਰੀਬੀ ਆ ਗਈ ਉਹਦੇ ਤੋਂ ਰੱਖੀ ਨਾਮ, ਜੇ ਹੁਣ ਸੰਸਾਰ ਵਿੱਚ ਵਿਚਰਦਿਆਂ ਨਿੰਦਿਆ ਕਰਨ ਵਾਲੇ ਆ ਗਏ, ਨਿੰਦਿਆ ਕਰਨ ਵਾਲੇ ਆ ਹੀ ਜਾਂਦੇ ਆ ਨਾ, ਜਿਹਦੀ ਹੁਣ ਸੋਭਾ ਵਧਣੀ ਸ਼ੁਰੂ ਹੋਵੇ ਨਾ, ਨਿੰਦਕ ਵੀ ਵਧਣੇ ਸ਼ੁਰੂ ਹੋ ਜਾਂਦੇ ਐਟੋਮੈਟਿਕ ਹੀ। ਇਹ ਮੈਂ ਇੱਕ ਦਿਨ 3 ਤੋਂ 4 ਤੁਹਾਨੂੰ ਇਹ ਗੱਲ ਸੁਣਾਈ ਸੀ, ਜਦੋਂ ਬੰਦਾ ਮਸ਼ਹੂਰ ਹੋ ਜਾਏ ਨਾ, ਦੁਸ਼ਮਣ ਉਹਨੂੰ ਲੱਭਣੇ ਨਹੀਂ ਪੈਂਦੇ, ਦੁਸ਼ਮਣ ਰਾਤ ਵਿੱਚ ਮਿਲਣੇ ਸ਼ੁਰੂ ਹੋ ਜਾਂਦੇ। ਆਖੋ ਵਾਹਿਗੁਰੂ ਜੀ, ਆਪੇ ਬਣਨੇ ਸ਼ੁਰੂ ਹੋ ਜਾਂਦੇ ਨੇ, ਆਪੇ ਹੀ ਨਿੰਦਿਆ ਕਰਨ ਵਾਲੇ ਆਪੇ ਪੈਦਾ ਹੋ ਜਾਂਦੇ। ਜਿਹੜੀ ਗੱਲ ਨਹੀਂ ਵੀ ਹੁੰਦੀ ਨਾ, ਉਹ ਵੀ ਬਣਾ ਕੇ ਪੇਸ਼ ਕਰ ਦਿੰਦੇ ਨੇ, ਉਹ ਤੇ ਇਹੋ ਜਿਹਾ ਨਿੰਦਿਆ ਕਰਦੇ ਨੇ। ਕਿਉਂ ਕਰਦੇ ਨੇ? ਕਿਉਂਕਿ ਆਪਣੇ ਦਿਮਾਗ ਦਾ ਦਾਇਰਾ ਖੂਹ ਦੇ ਡੱਡੂ ਵਰਗਾ। ਸੁਣਿਓ ਧਿਆਨ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੈਮ ਹੋ? ਤੁਹਾਥੋਂ ਪੁੱਛਣਾ, ਦੋਵੇਂ ਮਾਵਾਂ ਤਾਂ ਕਰਕੇ ਦਿਓ ਪ੍ਰੂਫ ਆਪਣਾ। ਕੈਮ ਹੋ ਸਾਰੇ? ਬੋਲੇ ਸੋ ਨਿਹਾਲ, ਤੁਸੀਂ ਕੈਮ ਹੋ? ਹਾਂ, ਇੱਕ ਜਕਾਰ, ਸ਼ਾਬਾਸ਼। ਸੁਣਿਓ ਧਿਆਨ ਨਾਲ, ਜਿਹੜੀ ਮੈਂ ਗੱਲ ਕਰ ਰਿਹਾ ਇਹ ਧਿਆਨ ਦੇਣਾ ਸਾਰੇ। ਨਿੰਦਿਆ ਕਰਨ ਵਾਲੇ ਉਹ ਕਿਉਂ ਨਿੰਦਿਆ ਕਰਦੇ ਨੇ? ਕਿਉਂਕਿ ਆਪਣੇ ਦਿਮਾਗ ਦਾ, ਆਪਣੀ ਸੋਚ ਦਾ ਦਾਇਰਾ ਖੂਹ ਦੇ ਡੱਡੂ ਵਾਂਗ, ਖੂਹ ਦੇ ਡੱਡੂ ਵਾਂਗ। ਇੱਕ ਖੂਹ ਦੇ ਵਿੱਚ ਨਾ ਸਮੁੰਦਰ ਦਾ ਡੱਡੂ ਗਿਆ। ਇੱਕ ਸਮਝਾਉਣ ਵਾਸਤੇ ਮਿਸਾਲ ਹੈ, ਉਹ ਜਦੋਂ ਗਿਆ ਨਾ, ਹੁਣ ਜਿਹੜਾ ਖੂਹ ਦਾ ਡੱਡੂ ਸੀ, ਜੰਮਿਆ ਵੀ ਖੂਹ 'ਚ, ਵੱਡਾ ਵੀ ਖੂਹ 'ਚ ਹੋਇਆ, ਬਜ਼ੁਰਗ ਵੀ ਹੋ ਗਿਆ ਖੂਹ ਦੇ ਵਿੱਚ, ਅਤੇ ਸਮੁੰਦਰ ਦਾ ਡੱਡੂ ਆਇਆ ਉਹਨੂੰ ਮਿਲਣ ਵਾਸਤੇ। ਹੁਣ ਜਦੋਂ ਆਇਆ ਨਾ, ਦੋਵਾਂ ਦੀਆਂ ਗੱਲਾਂ ਬਾਤਾਂ ਚੱਲੀਆਂ, ਅਤੇ ਉਹ ਜਿਹੜਾ ਖੂਹ ਦਾ ਡੱਡੂ ਹੈ ਨਾ, ਸਮੁੰਦਰ ਕਹਿੰਦਾ, ਬਈ ਸਮੁੰਦਰ ਕਿੱਡਾ ਕੁ ਵੱਡਾ? ਅਤੇ ਜਿਹੜਾ ਸਮੁੰਦਰ ਦਾ ਡੱਡੂ ਨਾ, ਉਹ ਕਹਿੰਦਾ, ਬੜਾ ਹੀ ਵੱਡਾ ਸਮੁੰਦਰ ਹੈ, ਗਿਣਤੀ ਮਿਣਤੀ ਹੋ ਨਹੀਂ ਸਕਦੀ। ਉਹ ਜਿਹੜਾ ਖੂਹ ਦਾ ਡੱਡੂ ਸੀ ਨਾ, ਉਹਨੇ ਛਾਲ ਮਾਰੀ, 2-2.5 ਫੁੱਟ ਪਰਾਂ ਚਲਾ ਗਿਆ। ਕਹਿੰਦਾ, ਇੰਨਾ ਕੁ ਵੱਡਾ ਸਮੁੰਦਰ ਹੈ? ਕਹਿੰਦਾ, ਨਹੀਂ 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 ਨਹੀਂ, ਇਹ ਤੋਂ ਵੀ ਕਈ ਗੁਣਾ ਵੱਡਾ ਹੈ। ਉਹਨੇ ਛਾਲ ਹੋਰ ਮਾਰੀ, 2.5-3 ਫੁੱਟ ਹੋਰ ਨਾ ਚੜਿਆ ਗਿਆ। ਕਹਿੰਦਾ, ਇੰਨਾ ਵੱਡਾ ਸਮੁੰਦਰ? ਕਹਿੰਦਾ, ਨਹੀਂ ਨਹੀਂ ਨਹੀਂ, ਇਹ ਤੋਂ ਵੀ ਵੱਡਾ ਹੈ। ਸੁਣਿਓ ਧਿਆਨ ਨਾਲ, ਅੱਛਾ ਇਹ ਤੋਂ ਵੀ ਵੱਡਾ ਸਮੁੰਦਰ ਹੈ? ਕਹਿੰਦਾ, ਹਾਂ। ਉਹਨੇ ਫਿਰ ਛਾਲ ਮਾਰੀ, ਹੁਣ ਜਦੋਂ ਤੀਜੀ ਛਾਲ ਮਾਰੀ ਨਾ, ਖੂਹ ਉੱਥੇ ਮੁੱਕ ਗਿਆ। ਕਹਿੰਦਾ, ਇਹ ਤੋਂ ਵੱਡਾ ਤੇ ਨਹੀਂ ਹੋਣਾ? ਕਹਿੰਦਾ, ਨਹੀਂ ਭਾਈ, ਤੂੰ ਬਾਹਰ ਨਿਕਲ ਕੇ ਤੇ ਵੇਖ, ਇਹੋ ਜੇ ਅਰਬਾਂ ਖਰਬਾਂ ਖੂਹ ਵੀ ਆ ਜਾਣ ਤਾਂ ਵੀ ਸਮੁੰਦਰ ਦਾ ਮੁਕਾਬਲਾ ਨਹੀਂ ਕਰ ਸਕਦੇ, ਐਡਾ ਵੱਡਾ ਹੁੰਦਾ। ਉਹ ਮੰਨਣ ਨੂੰ ਤਿਆਰ ਹੀ ਨਹੀਂ। ਕਿਉਂ ਮੰਨਣ ਨੂੰ ਤਿਆਰ ਨਹੀਂ? ਕਿਉਂਕਿ ਖੂਹ 'ਚ ਹੀ ਜੰਮਿਆ, ਖੂਹ ਦੇ ਵਿੱਚ ਹੀ ਵੱਡਾ ਹੋਇਆ, ਖੂਹ ਦੇ ਵਿੱਚ ਹੀ ਬਜ਼ੁਰਗ ਹੋਇਆ, ਅਤੇ ਖੂਹ ਵਿੱਚ ਹੀ ਮਰਨਾ। ਆ ਜਿਹੜੇ ਨਿੰਦਿਆ ਕਰਦੇ ਆ ਨਾ, ਸੋਚ ਦਾ ਦਾਇਰਾ ਸੀਮਤ ਹੋ ਗਿਆ ਇਹਨਾਂ ਦਾ, ਉਹ ਸਮਝ ਹੀ ਨਹੀਂ ਪਾਉਂਦੇ, ਸਮਝ ਹੀ ਨਹੀਂ ਪਾਉਂਦੇ। ਹੁਣ ਤੁਸੀਂ ਸਿਆਣੇ ਹੋ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਜਦੋਂ ਦਾ ਅਸੀਂ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਜੁੜਨਾ ਸ਼ੁਰੂ ਹੋਏ ਆ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ, ਜਦੋਂ ਦਾ ਤੁਸੀਂ ਸੁਣਨਾ ਸ਼ੁਰੂ ਕੀਤਾ 2-3 ਸਾਲਾਂ ਦਾ,
ਤੁਹਾਡੇ ਘਰ ਦੇ ਵਿੱਚ ਤਬਦੀਲੀ ਆਈ ਹੈ ਕਿ ਨਹੀਂ ਆਈ? ਉੱਚੀ ਬੋਲੋ, ਆਈ ਹੈ ਨਾ? ਤੁਹਾਡੀ ਸੋਚ ਬਦਲੀ ਹੈ ਕਿ ਨਹੀਂ ਬਦਲੀ? ਅੱਗੇ ਸੋਚ ਦਾ ਦਾਇਰਾ ਛੋਟਾ ਸੀ, ਹੁਣ ਵੱਡਾ ਹੋਇਆ ਕਿ ਨਹੀਂ ਹੋਇਆ? ਹੁਣ ਪਰੇਸ਼ਾਨੀਆਂ ਨੂੰ ਅਸੀਂ ਪਰੇਸ਼ਾਨੀਆਂ ਵਾਂਗ ਗਿਣਦੇ ਨਹੀਂ, ਅਸੀਂ ਤੇ ਇੱਦਾਂ ਗਿਣਦੇ ਹਾਂ ਕੋਈ ਨਹੀਂ, ਜਿਹਨੇ ਸੁੱਖ ਦਿੱਤੇ ਜੇ ਪਰੇਸ਼ਾਨੀ ਦੇ ਵੀ ਦਿੱਤੀ ਹੈ ਨਾ, ਆਪੇ ਦੂਰ ਵੀ ਕਰ ਦੇਵੇਗਾ। ਹਿੰਮਤ ਆਪਾਂ ਕਰਦੇ ਹਾਂ, ਹੁਣ ਹਿੰਮਤ ਕਰਦੇ ਹਾਂ, ਨਿਤਨੇਮ ਵਧਾ ਦਿੰਦੇ ਹਾਂ, ਮਾੜੇ ਪਾਸੇ ਧਿਆਨ ਨਹੀਂ ਜਾਂਦਾ। ਜੇ ਦੁੱਖ ਆ ਗਿਆ, ਚੱਲ ਮੈਂ ਪਰਿਵਾਰ ਨੂੰ ਲਿਆ ਅਤੇ ਵੱਖਰਾ ਹੋ ਜਾਂ, ਚੱਲ ਮੈਂ ਆਤਮ ਹੱਤਿਆ ਕਰਨਾ, ਚੱਲ ਮੈਂ ਆਹ ਨਹੀਂ। ਨੈਗੇਟਿਵ ਸੋਚ ਹੁਣ ਖਤਮ ਹੋ ਰਹੀ ਹੈ। ਹੁਣ ਇਹੋ ਜਿਹੀ ਵਿਚਾਰ ਨੂੰ ਸੁਣ ਕੇ ਕੋਈ ਕਵੇ ਜੀ ਇਹ ਕਿੱਦਾਂ ਦੀ ਵਿਚਾਰ ਹੈ, ਇਹਦਾ ਮਤਲਬ ਦਿਮਾਗ ਦਾ ਜਿਹੜਾ ਸੋਚ ਦਾ ਦਾਇਰਾ ਅਜੇ ਉੱਥੇ ਹੀ ਹੈ ਕਿ ਜੋ ਅਸੀਂ ਕਹਿ ਰਹੇ ਬਸ ਉਹ ਠੀਕ ਹੈ, ਬਾਕੀ ਸਭ ਕੁਝ ਗਲਤ ਹੈ। ਇੱਦਾਂ ਨਹੀਂ ਹੋਣਾ ਚਾਹੀਦਾ। ਅੱਜ ਮੈਂ ਜਿਹੜੀ ਕਥਾ ਕਰ ਰਿਹਾ, ਹੋਰ ਕੋਈ ਗਿਆਨ ਦੀ ਵੱਡੀ ਚੁੱਭੀ ਮਾਰੇ, ਹੋਰ ਪਿਆਰੀਆਂ ਗੱਲਾਂ ਕੱਢ ਕੇ ਲੈ ਆਵੇ? ਇਹ ਤਾਂ ਸੀਮਤ ਹੈ ਹੀ ਨਹੀਂ ਨਾ ਚੀਜ਼, ਇਹ ਤਾਂ ਸੀਮਤ ਨਹੀਂ ਹੈ ਚੀਜ਼, ਜਿਹੜਾ ਜਿੰਨੀ ਖੋਜ ਕਰੇ। ਹੁਣ ਕਲਗੀਧਰ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਈ ਹੈ, ਬਾਣੀ ਦੇ ਅਰਥ ਕੀਤੇ ਨੇ, ਕਰਵਾਏ ਨੇ, ਪਰ ਬਾਣੀ ਦੇ ਅਰਥ ਲਿਖਵਾਏ ਨਹੀਂ, ਕਿਤੇ ਲਿਖਵਾਏ ਨਹੀਂ। ਕਿਉਂ ਨਹੀਂ ਲਿਖਵਾਏ? ਕਾਰਨ ਸੀ ਉਹਦਾ ਕਿ ਗੁਰਬਾਣੀ ਇਹੋ ਜਿਹਾ ਵਿਸ਼ਾਲ ਸਮੁੰਦਰ ਹੈ, ਇਹਦੇ ਵਿੱਚ ਜਿਹੜਾ ਜਿੰਨੀ ਡੂੰਘੀ ਚੁੱਭੀ ਮਾਰੇਗਾ, ਉਹਨੇ ਡੂੰਘੇ ਅਰਥ ਕੱਢ ਕੇ ਲਿਆਏਗਾ, ਉਹਨੇ ਹੀਰੇ ਮੋਤੀ ਕੱਢ ਕੇ ਲਿਆਏਗਾ। ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸੁਣੋ, ਮੈਂ ਕਈ ਵਾਹ ਵਾਹ, ਜੇ ਲਾਉਣਾ ਹੀ ਹੈ ਨਾ ਤਾਂ ਗੱਜ ਕੇ ਲਾ ਦਿਓ। ਹਾਂ, ਹੁਣ ਉਹਨਾਂ ਦੀਆਂ ਮੈਂ ਕਈ ਟੇਪਾਂ ਸੁਣੀਆਂ, ਮੈਨੂੰ ਸੁਣਨ ਦਾ ਸ਼ੌਂਕ ਹੈ ਹਰੇਕ ਨੂੰ। ਹੁਣ ਜਦੋਂ ਮੈਂ ਉਹਨਾਂ ਦੀਆਂ ਟੇਪਾਂ ਸੁਣੀਆਂ, ਉਹ ਕਹਿੰਦੇ ਜੀ ਮੈਂ 5 ਸਾਲ ਪਹਿਲੇ ਜਿਹੜੇ ਜਪਜੀ ਸਾਹਿਬ ਦੇ ਅਰਥ ਕੀਤੇ ਆ ਨਾ, ਹੁਣ ਕਰਦਾ, ਅਰਥਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜਾਂਦਾ, ਆਪਣੀਆਂ ਬੋਲੀਆਂ ਹੋਈਆਂ ਗੱਲਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ ਜਾਂਦਾ। ਕਿਉਂ? ਜਦੋਂ 5 ਸਾਲ ਪਹਿਲੇ ਅਰਥ ਕੀਤੇ ਉਦੋਂ ਗਿਆਨ ਦਾ ਜੋ ਦਾਇਰਾ ਉਹਨਾਂ ਕੁ ਸੀ, ਜਿਉਂ ਜਿਉਂ ਖੋਜ ਕਰਦੇ ਗਏ ਗਿਆਨ ਦਾ ਦਾਇਰਾ ਵੱਧਦਾ ਗਿਆ। ਇਹ ਤਾਂ ਸਟੋਪ ਹੈ ਹੀ ਨਹੀਂ, ਫੁੱਲ ਸਟੋਪ ਤਾਂ ਹੈ ਹੀ ਨਹੀਂ ਕਿਤੇ। ਇਹ ਮੇਰੀ ਬੇਨਤੀ ਹੈ, ਖੂਹ ਦੇ ਡੱਡੂ ਨਾ ਬਣੀਏ, ਸੋਚ ਦਾ ਦਾਇਰਾ ਵਿਸ਼ਾਲ ਕਰੀਏ। ਬਸ ਇੱਕ ਚੀਜ਼ ਨਹੀਂ ਭੁੱਲਣੀ, ਸੋਚ ਵੱਡੀ ਹੋਵੇ ਪਰ ਸੋਚ ਗੁਰਮਤ ਅਨੁਸਾਰ ਹੋਵੇ, ਬਸ ਆਹ ਕੁੰਡੀ ਹੈ, ਇਹ ਨਹੀਂ ਭੁੱਲਣੀ। ਹੁਣ ਕਈ ਕਹਿੰਦੇ ਜੀ ਮੇਰੀ ਸੋਚ ਬੜੀ ਵੱਡੀ ਹੋ ਗਈ, ਅਸੀਂ ਤਾਂ ਮਾਡਰਨ ਬਣ ਗਏ ਹਾਂ, ਮਾਡਰਨ ਬਣ ਗਏ, ਬੱਚਿਆਂ ਦੇ ਕੱਪੜੇ ਛੋਟੇ ਹੋਣੇ ਸ਼ੁਰੂ ਹੋ ਗਏ। ਇਹ ਸੋਚ ਵੱਡੀ ਨਹੀਂ, ਸੋਚ ਵੱਡੀ ਗੁਰਮਤ ਆਸ਼ੀ ਅਨੁਸਾਰ ਹੋਵੇ, ਫਿਰ ਜਿੱਧਰ ਮਰਜ਼ੀ ਚਲੇ ਜਾਓ ਪਿਆਰੇ, ਉਹ ਗੁਰੂ ਅੰਗ ਸੰਗ ਹੋ ਕੇ ਹੀ ਵਰਤਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਹੁਣ ਕਈ ਇੱਥੇ ਇਹੋ ਜਿਹੇ ਤੁਹਾਨੂੰ ਮਿਲਦੇ ਹੋਣਗੇ ਜਿਹੜੇ ਜੰਮੂ ਤੋਂ ਕਦੀ ਬਾਹਰ ਹੀ ਨਹੀਂ ਨਿਕਲੇ ਹੋਣਗੇ, ਕਦੀ ਨਹੀਂ ਬਾਹਰ ਨਿਕਲੇ, 80-80 ਸਾਲ ਦੀ ਉਮਰ ਹੋ ਗਈ। ਉਹਨਾਂ ਨੂੰ ਪੁੱਛੋ, ਕਹਿੰਦੇ ਜੀ ਬਸ ਇੰਨੀ ਕੁ ਦੁਨੀਆ ਲੱਗਦੀ ਹੈ। ਉਹ ਸਟੇਟ ਤੋਂ ਬਾਹਰ ਨਿਕਲ ਕੇ ਕਿਤੇ ਵੇਖੋ, ਪੰਜਾਬ ਵਿੱਚ ਆ ਕੇ ਵੇਖੋ, ਕਿਤੇ ਹਰਿਆਣੇ ਵਿੱਚ ਜਾ ਕੇ ਵੇਖੋ, ਆ ਸਾਊਥ ਵਿੱਚ ਜਾ ਕੇ ਵੇਖੋ, ਕਿੰਨੀ ਆਬਾਦੀ ਵਸ ਰਹੀ। ਹਰੇਕ ਦੀ ਆਪਣੀ ਆਪਣੀ ਸੋਚ ਹੈ, ਬੜੇ ਤਰ੍ਹਾਂ ਦੇ ਤੁਹਾਨੂੰ ਲੋਕ ਮਿਲ ਜਾਣਗੇ। ਹੁਣ ਇੰਡੀਆ ਤੋਂ ਬਾਹਰ ਨਿਕਲ ਕੇ ਵੇਖੋ, ਦੁਨੀਆ ਬੜੀ ਵੱਡੀ ਹੈ ਜੀ। ਜਿਵੇਂ ਦੁਨੀਆ ਵੱਡੀ ਹੈ ਨਾ, ਆਪਣੀ ਸੋਚ ਦਾ ਦਾਇਰਾ ਵੀ ਵੱਡਾ ਕਰੋ, ਸੋਚ ਦਾ ਦਾਇਰਾ ਵੀ ਵੱਡਾ ਰੱਖੋ, ਭੁੱਲਣਾ ਨਹੀਂ। ਸੋਚ ਦਾ ਦਾਇਰਾ ਵੱਡਾ ਗੁਰਮਤਾਸ਼ੀ ਅਨੁਸਾਰ, ਜੋ ਗੁਰੂ ਦੀ ਬਾਣੀ ਕਹਿੰਦੀ ਉਸ ਮੁਤਾਬਕ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਜੇ ਕੋਈ ਨਿੰਦਿਆ ਕਰਨ ਵਾਲਾ ਆ ਗਿਆ, ਨਿੰਦਿਆ ਕਰਨ ਵਾਲੇ ਤੋਂ ਵੀ ਰਾਖੀ ਕੌਣ ਕਰਦਾ? ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਸ਼ਬਦ। ਤੇ ਹੁਣ ਪਿਆਰਿਓ, ਸੰਸਾਰ ਵਿੱਚ ਵਿਚਰਦਿਆਂ ਕਈ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ, ਉਹ ਭੁੱਲਾਂ ਨੂੰ ਵੀ ਕੌਣ ਬਖਸ਼ਵਾਉਂਦਾ? ਪਰਮੇਸ਼ਰ ਦਾ ਨਾਮ। ਜਦੋਂ ਅਸੀਂ ਮਰਦੇ ਹਾਂ, ਅੰਤ ਵੇਲੇ ਵੀ ਨਾਮ ਸਹਾਇਕ ਹੁੰਦਾ, ਮਰਨ ਤੋਂ ਬਾਅਦ ਵੀ ਪਿਆਰਿਓ। ਜਿੱਥੇ ਕੋਈ ਹੋਰ ਨਹੀਂ ਨਾ ਸਾਥ ਦਿੰਦਾ, ਰੇਰੇ ਦਰਗੇ ਕਹੂ ਕਹੇ ਨਾ ਕਹੁ, ਆਓ ਬੈਠ ਆਦਰ ਸਭ ਦਿਓ, ਉੱਥੇ ਵੀ ਦਰਗਾਹ ਵਿੱਚ ਵੀ ਤੈਨੂੰ ਨਾਮ ਨੇ ਆਦਰ ਦਿਵਾਉਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਇਸ ਕਰਕੇ ਨਾਮ ਨਾਲ ਜੁੜੋ, ਬਾਣੀ ਨਾਲ ਜੁੜੋ, ਪ੍ਰੈਕਟੀਕਲ ਜੀਵਨ ਵਧਾਓ, ਨੇਕ ਇਨਸਾਨ ਬਣੋ। ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਖਮਾਰੇ, ਚੌਂਕੀ ਚੌਗਿਰਦ ਖਮਾਰੇ। ਇਹ ਸਾਰੀ ਕਰਾਮਾਤ ਗੁਰੂ ਦੇ ਸ਼ਬਦ ਦੀ ਵਰਤਣੀ ਹੈ, ਕਿਸੇ ਬੰਦੇ ਦੀ ਨਹੀਂ ਵਰਤਣੀ। ਆਓ ਦੂਜਾ ਸ਼ਬਦ ਪੜ੍ਹੀਏ, ਥਕੇ ਤੇ ਨਹੀਂ। ਗੁਰੂ ਗ੍ਰੰਥ
गल नहीं सुनी, तू की कह रहे? अच्छा चलो मैं अखीर ते कोशिश करांगा, नहीं तो यूट्यूब ते सुन लियो। अच्छा चलो वो मैं बेनती करना, पहले आओ शब्द पढ़िए। गुरु अर्जन देव पातशाह जी का उच्चारण किया गुरु ग्रंथ साहब जी के 819 नंबर अंग के उत्ते दर्ज। ताती वाओ न लगई पार ब्रह्म चौगिरद हमारे राम कार दुख लगे ना भाई। आओ बड़े प्यार से सारे कृपा करियो जी। ताती वाओ न लगई पार ब्रह्म शरणाई, ताती वाओ न लगई पार ब्रह्म शरणाई। बोलो ताती वाओ न लगई पार ब्रह्म शरणाई, चौगिरद हमारे राम कार, चौगिरद हमारे राम कार दुख लगे शरणाई।
ना ता कौ लागे ताती वाओ न लगई पार ब्रह्म सर दर्शन करने ने उस तो बाद समाप्ति कर देनी थके नहीं
ਵੱਧ ਤੋਂ ਵੱਧ ਵੱਧ ਤੋਂ ਵੱਧ 10 ਮਿੰਟ, ਇਸ ਤੋਂ ਵੱਧ ਨਹੀਂ ਟਿਕਾਅ ਬਣਾਇਓ, ਕਿਉਂਕਿ ਰੋਜ਼ ਤੁਸੀਂ ਸੰਗਤ ਕਰਨ ਵਾਲੇ ਹੋ। ਮੈਨੂੰ ਕਹਿਣ ਦੀ ਲੋੜ ਪੈਣੀ ਨਹੀਂ, ਮੈਨੂੰ ਪਤਾ ਹੈ ਇਸੇ ਤਰ੍ਹਾਂ ਤੁਸੀਂ ਬੈਠੇ ਰਹਿਣਾ ਹੈ, ਕਿਉਂਕਿ ਪਰਿਵਾਰਕ ਮੈਂਬਰ ਹਾਂ। ਇਹ ਜੰਮੂ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਪਹਿਲੀ ਵਾਰੀ ਮਿਲਿਆ, ਜਿਹੜੇ ਜਾਂਦੇ ਨੇ। ਆਹ ਵੀਰ ਬੈਠਾ ਮੇਰਾ, ਇਹ ਹਰ ਮਹੀਨੇ ਪਹੁੰਚਦਾ ਉੱਥੇ ਚੁਪਹਿਰੇ 'ਤੇ। ਹੋਰ ਇੱਥੇ ਸੰਗਤਾਂ ਆਪ ਬੈਠੇ ਨੇ ਕੇਸਗੀ ਬੰਨ ਕੇ, ਹੋਰ ਵੀ ਕਿੰਨੀਆਂ ਇਹਨੂੰ ਆ ਬੈਠੇ ਨੇ ਜਿਹੜੇ ਹਰ ਮਹੀਨੇ ਪਹੁੰਚਦੇ ਨੇ ਚੁਪਹਿਰਿਆਂ 'ਤੇ ਵੀ, ਰਹਿਣ ਸਭਾਈ ਸਮਾਗਮ ਹੋਵੇ ਉੱਥੇ ਵੀ। ਇਹ ਤੁਹਾਡੇ ਪਿਆਰ ਨੂੰ ਨਮਸਕਾਰ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਪਹਿਲੀ ਵਾਰੀ ਮਿਲ ਰਿਹਾ, ਜਿਹੜੇ ਮਿਲਦੇ ਨੇ ਉੱਥੇ ਆ ਕੇ, ਉਹਨਾਂ ਦੀ ਤਾਂ ਮੈਨੂੰ ਪਛਾਣ ਹੈ। ਅਤੇ ਪਰਿਵਾਰਕ ਮੈਂਬਰਾਂ ਨੂੰ ਤਕਰੀਬਨ ਪਤਾ ਹੀ ਹੈ, ਕਿਉਂਕਿ ਜਦੋਂ ਅਸੀਂ ਬਹਿੰਦੇ ਹਾਂ, ਮੈਂ ਆਪਣੇ ਦਿਲ ਦੀਆਂ ਗੱਲਾਂ ਕੀਰਤਨ ਵਿੱਚ ਹੀ ਕਰ ਦਿੰਦਾ। ਔਰ ਸੱਚੀ ਗੱਲ ਹੈ, ਕਈ ਵਾਰੀ ਜਿਹੜੀਆਂ ਤੁਸੀਂ ਸੋਚਦੇ ਹੋ ਨਾ, ਉਹ ਕੀਰਤਨ ਦੇ ਵਿੱਚ ਬਾਪੂ ਮੇਰੇ ਕੋਲੋਂ ਬੁਲਵਾ ਵੀ ਦਿੰਦਾ। ਇਹ ਤੁਹਾਡੀ ਪੋਜ਼ਿਟਿਵ ਵਾਈਬ੍ਰੇਸ਼ਨ ਇਹੋ ਜਿਹੀ ਆਉਂਦੀ ਹੈ। ਇੱਕ ਦੂਜੇ ਨਾਲ ਆਪਾਂ ਜਦੋਂ ਕਨੈਕਟ ਹੋ ਜਾਂਦੇ ਹਾਂ ਨਾ, ਫਿਰ ਸਾਰੀਆਂ ਚੀਜ਼ਾਂ ਬਾਕੀ ਭੁੱਲੀਆਂ ਹੁੰਦੀਆਂ। ਫਿਰ ਅਸੀਂ ਤੁਸੀਂ ਅਤੇ ਸਾਡਾ ਬਾਪੂ ਵਹਿੰਦਾ, ਦੂਜਾ ਹੁੰਦਾ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਛੇਵੇਂ ਪਾਤਸ਼ਾਹ ਮੇਰੇ ਹਜ਼ੂਰ ਬਿਰਾਜਮਾਨ ਨੇ ਗੁਰੂ ਹਰਗੋਬਿੰਦ ਸਾਹਿਬ ਬੁਲਾਇਆ ਭਾਈ ਬਿਧੀ ਚੰਦ ਜੀ ਨੂੰ, ਭਾਈ ਸਾਹਿਬ ਤੁਹਾਡੀ ਇੱਕ ਸੇਵਾ ਲਾਉਣੀ ਹੈ, ਹਜ਼ੂਰ ਹੁਕਮ ਕਰੋ। ਕਹਿੰਦੇ ਪਿਆਰ ਵਾਲੀਆਂ ਸੰਗਤਾਂ ਲਿਆ ਰਹੀਆਂ ਸੀ ਦੁਸ਼ਾਲੇ ਗੁਰੂ ਘਰ ਦੇ ਲਈ, ਪੱਟੀ ਦੇ ਰਾਜੇ ਵੱਲੋਂ ਦੁਸ਼ਾਲੇ ਰਾਹ 'ਚ ਲੁੱਟ ਲਏ ਗਏ ਨੇ। ਤੁਸੀਂ ਇਉਂ ਕਰੋ, ਸੰਗਤ ਦੀ ਅਮਾਨਤ, ਗੁਰੂ ਦੀ ਅਮਾਨਤ ਗੁਰੂ ਘਰ 'ਚ ਪਹੁੰਚਾਓ, ਉਹ ਦੁਸ਼ਾਲੇ ਵਾਪਸ ਲਿਆਓ। ਸਤਿ ਵਚਨ। ਹੁਣ ਕਈ ਲੋਕ ਕਹਿੰਦੇ ਆ ਨਾ ਜੀ, ਨਾਮ ਕੀ ਹੁੰਦਾ? ਸੁਣਿਓ ਧਿਆਨ ਨਾਲ, ਨਾਮ ਪਤਾ ਕੀ ਹੈ? ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਤੂੰ ਗੁਰੂ ਦੇ ਬਚਨਾਂ ਨੂੰ ਮੰਨਣਾ ਸ਼ੁਰੂ ਕਰਤਾ, ਉਹ ਤੇਰੇ ਲਈ ਨਾਮ ਬਣ ਗਿਆ। ਗੁਰੂ ਕਹਿੰਦਾ ਅੰਮ੍ਰਿਤ ਵੇਲੇ ਉੱਠ, ਤੂੰ ਉੱਠਣ ਲੱਗ ਪਿਆ, ਨਾਮ ਬਣ ਗਿਆ। ਗੁਰੂ ਸਾਹਿਬ ਕਹਿੰਦੇ ਸੰਗਤ ਕਰ, ਤੂੰ ਕਰਨੀ ਸ਼ੁਰੂ ਕਰਤੀ, ਤੇਰੇ ਲਈ ਨਾਮ ਬਣ ਗਿਆ। ਗੁਰੂ ਸਾਹਿਬ ਕਹਿੰਦੇ ਪਰਾਇਆ ਤਨ, ਪਰਾਇਆ ਧਨ, ਪਰਾਈ ਨਿੰਦਿਆ ਤੂੰ ਬਚ ਕੇ ਰਹਿ, ਤੂੰ ਬਚਣਾ ਸ਼ੁਰੂ ਕਰਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਪਾਤਸ਼ਾਹ ਕਹਿੰਦੇ ਭਾਈ ਕਿਸੇ ਨਾਲ ਧੋਖਾ ਨਾ ਕਰ, ਤੂੰ ਧੋਖਾ ਕਰਨਾ ਛੱਡ ਦਿੱਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਸਾਹਿਬ ਕਹਿੰਦੇ ਭਾਈ ਤੂੰ ਸਭ ਦਾ ਭਲਾ ਕਰ, ਤੂੰ ਸਾਰਿਆਂ ਦਾ ਭਲਾ ਕਰਨਾ ਸ਼ੁਰੂ ਕਰਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਦਾ ਬਚਨ ਮੰਨਣਾ ਹੀ ਨਾਮ ਹੈ ਨਾ। ਅਤੇ ਜਿਹੜੇ ਬਚਨ ਨਹੀਂ ਨਾ ਮੰਨਦੇ, ਉਹ ਜਿੰਨੇ ਮਰਜ਼ੀ ਭਾਵੇਂ ਪਾਠ ਕਰੀ ਚੱਲੋ, ਪਿਆਰਿਓ ਉਹ ਗੁਰੂ ਦੀ ਖੁਸ਼ੀ ਨਹੀਂ ਲੈ ਸਕਦੇ। ਮੇਰੀ ਬੇਨਤੀ ਹੈ, ਪਾਠ ਕਰੋ ਡੱਟ ਡੱਟ ਕੇ। ਮੈਂ ਕਹਿੰਦਾ ਜਿਹਦਾ ਅੱਜ 2 ਪਾਠ ਜਪਜੀ ਸਾਹਿਬ ਦਾ ਨੇਮ ਹੈ ਨਾ, 20 'ਤੇ ਵੀ ਪਹੁੰਚੋ, ਕੋਈ ਗਲਤ ਨਹੀਂ। ਜਿੰਨੀ ਮਰਜ਼ੀ ਬਾਣੀ ਪੜ੍ਹੋ, ਅਸੀਂ ਕਰਨੀ ਆਏ ਹਾਂ। ਪਰ ਮੇਰੀ ਇੱਕ ਬੇਨਤੀ ਹੈ, 20 ਪਾਠ ਵੀ ਕਰੋ ਜ਼ਰੂਰ, ਪਰ 20 ਦੇ ਨਾਲ ਨਾਲ ਇੱਕ ਪਾਠ ਇਹੋ ਜਿਹਾ ਵੀ ਜ਼ਰੂਰ ਕਰੋ ਕਿ ਮੈਂ ਬੜੇ ਪਿਆਰ ਨਾਲ ਇਹਨੂੰ ਵਿਚਾਰਨਾ ਹੈ। ਅਤੇ ਵਿਚਾਰਨ ਤੋਂ ਬਾਅਦ, ਕਈ ਕਹਿੰਦੇ ਜੀ ਵਿਚਾਰ ਕਰਕੇ ਬਾਣੀ ਪੜ੍ਹਨੀ ਚਾਹੀਦੀ, ਵਿਚਾਰ ਦੇ ਉੱਤੇ ਬਹੁਤ ਜ਼ੋਰ ਅਸੀਂ ਦਿੰਦੇ ਹਾਂ, ਇਹ ਗਲਤ ਗੱਲ ਨਹੀਂ, ਚੰਗੀ ਗੱਲ ਹੈ। ਪਰ ਵਿਚਾਰ ਕਰਨ ਤੋਂ ਬਾਅਦ ਵੀ ਇੱਕ ਸਟੈਪ ਹੈ, ਉਹ ਪਤਾ ਕਿਹੜਾ? ਜੋ ਵਿਚਾਰ ਕੀਤੀ ਉਹਨੂੰ ਕਮਾਉਣਾ ਵੀ ਤਾਂ ਸ਼ੁਰੂ ਕਰਨਾ। ਤੂੰ ਇਕੱਲੀ ਵਿਚਾਰ ਹੀ ਕਰੀ ਜਾਂਦਾ, ਪਤਾ ਲੱਗ ਗਿਆ ਅੱਖਾਂ ਦੇ ਨਾਲ ਮਾੜਾ ਨਹੀਂ ਵੇਖਣਾ, ਹੁਣ ਤੂੰ ਵਿਚਾਰ ਕਰ ਲਈ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ। ਮਹਾਰਾਜ ਨੇ ਕਿਹਾ ਹੈ ਜੀ, ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ। ਹੁਣ ਤੂੰ ਰਹਿਤਨਾਮਿਆਂ 'ਚੋਂ ਵੀ ਪੜ੍ਹਿਆ, ਸਤਿਗੁਰਾਂ ਦੀ ਬਾਣੀ 'ਚੋਂ ਵੀ ਪੜ੍ਹ ਲਿਆ, ਸਭ ਕੁਝ ਪੜ੍ਹ ਲਿਆ, ਵਿਚਾਰ ਵੀ ਕਰ ਲਈ, ਪਰ ਅੱਖਾਂ ਨਾਲ ਧੀਆਂ ਭੈਣਾਂ ਦੇ ਉੱਤੇ ਗਲਤ ਨਿਗਾਹ ਰੱਖਣੀ ਨਾ ਛੱਡੀ, ਤੇਰੀ ਵਿਚਾਰ ਕੀਤੀ ਕੀ ਕਰੇਗੀ? ਮਨ ਵੀ ਤਾਂ ਸਹੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਮਹਾਰਾਜ ਨੇ ਬਾਣੀ 'ਚ ਕਹਿਤਾ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਤਾ ਲੱਗ ਗਿਆ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ, ਬਾਣੀ ਪੜ੍ਹ ਕੇ ਪਤਾ ਲੱਗ ਗਿਆ ਵਿਚਾਰ ਕਰ ਲਈ, ਪਰ ਹੱਕ ਤਾਂ ਫਿਰ ਵੀ ਖਾਈ ਜਾਂਦਾ, ਮੰਨੀ ਨਾ ਤਾਂ ਫਿਰ ਵਿਚਾਰ ਕੀਤੀ ਦਾ ਕੀ ਫਾਇਦਾ? ਇਹ ਮੇਰੀ ਬੇਨਤੀ ਹੈ, ਗੁਰੂ ਦੇ ਬਚਨਾਂ ਨੂੰ ਕਮਾਓ, ਇੱਕ ਇੱਕ ਬਚਨ ਮੰਨਣਾ ਸ਼ੁਰੂ ਕਰ ਦਿਓ, ਸਟੈਪ ਬਾਈ ਸਟੈਪ ਚੱਲੋ, ਪਰ ਚੱਲੋ ਜ਼ਰੂਰ। ਤੋ ਖੈਰ, ਭਾਈ ਬਿਧੀ ਚੰਦ ਜੀ ਨੂੰ ਜਦੋਂ ਸਤਿਗੁਰਾਂ ਨੇ ਕਿਹਾ, ਭਾਈ ਸਾਹਿਬ ਨੇ ਹੁਕਮ ਮੰਨਿਆ, ਭੇਸ ਬਦਲਾ ਲਿਆ, ਬੁਰਕਾ ਜਿਹਾ ਪਾ ਲਿਆ, ਅੰਦਰ ਸ਼ਸਤਰ ਰੱਖ ਲਏ, ਹੁਣ ਮਹਾਰਾਜ ਦਾ ਬਚਨ ਕਮਾਉਣ ਜਾਣਾ ਸੀ।
किसी ना किसी ढंग के नाल पट्टी के राजे के महलों से भी दाखला ले लिया। मैं गल बिल्कुल संखेप च कर रहा, दुशाले भी हासिल कर ले। तो जदों दुशाले हासिल करके भजन लगे ना, सारे पासे रौला पै गया, कोई एडे कीमती दुशाले चोरी करके ले जा रहे हैं। पिछे पुलिस लग गई, सिपाही लग गए। पट्टी ने, पट्टी दे राजे ने हुक्म किया, पट्टी दे सारे शहर के आन जाण वाले दरवाजे मिनटा सकिंटा दे विच बंद कर दिते गए, इधरों कोई बाहर ना जाए। भाई विधि चंद जी गुरु पातशाह जी का हुक्म मन के दुशाले हासिल किए ने, मगर लगी है पुलिस। हुण लोकां नूं कोई थान लभदे लुकण की जगह नहीं। एक भड़भूंजा सी, बलदी सी उहदी पट्टी, उहदे कोलों पुछदे ने कोई जगह है। कहिंदा भाई मेरे कोल होर ते कोई जगह नहीं आ, बलदी कोई पट्टी है। इतिहास पट्टी अज भी वह गुरद्वारा बने है। मैं अपने कोलों कोई स्टोरी बना के नहीं सुना रहा, साडा इतिहास है। भाई साहब कहिंदे पिछे पुलिस लगी, लोकां नूं होर कोई जगह नहीं, बलदी कोई पट्टी करां की। छेवें पातशाह दे चरणां दा धरिया ध्यान ते दो शब्दां दा जाप करना शुरू करता। इतिहास दे पन्नियां ते लिखे है, भाई मनी सिंह जी दी टकसाल दे गुरमुखां ने गल लिखी है। कहिंदे दो शब्द पढ़ने शुरू करते, पहला शब्द पढ़ते ने तिथे तू समर्थ, जिथे कोई ना है उथे तेरी रख अग्नि उधर माहे, सुन कै जम कै दूत नाए तेरे छड़ जाए, पौजल बिखम असगाह गुर शब्दी पार पाए, जिनको लगी प्यास अमृत से खाए, कल मैं एको पुन गुण गोविंद गाए, सबसे नौकर पाल संभाले साहे साए, व्यर्था कोई ना जाए जे आवे तो। एक आ शब्द पढ़ दे ते दूजा शब्द पढ़ दे, ताती बाओ ना पार ब्रह्म चौगिर्द हमारे, दुख लगे ना सतगुर पूरा, जिन बणत बनाई राम नाम औखद दिया, एका लिव लाई राख लिए तिन रखण हार, सब ब्याद मिटाई कहो नानक कृपा पई प्रभ भए सहाय। दूजा शब्द आ पढ़ दे ते तले आ ध्यान छेवें पातशाह दे चरणा दा, हुण बलदी होई पट्ठी च मारती छाल, मारी ये छाल बलदी होई पट्ठी दे विच उस गुरसिख ने जिहड़ा गुरु दे बचना नूं कमाउण वास्ते निकलिया। ते गुरु दसो तत्ती वाल लगण देवेगा। आ साडा इतिहास है, छेवां पातशाह बैठा अकाल तख्त साहिब, एकदम महाराज उठे संगत विचों ते सिखां नूं कहिंदे साडे शरीर दे उत्ते पाणी दीआं गागरां भर भर के पाई चलो। महाराज बेनती करदे ने मरण नूं, सिख महाराज अज इह की चोज। महाराज कहिंदे साडे बचनां नूं कमाउण खातर गया विधि चंद दुशाले लैण, मगरे पुलिस लग गई, लोकां नूं कोई होर थां नहीं। उह शब्द दे नाल जुड़िआ ध्यान धर के बलदी कोई पट्ठी दे विच छाल मार बैठा है, साडे उत्ते तुसी पाणी दीआं गागरां पाई चलो, असी अपने सिख नूं तत्ती वाह नहीं लगन देनी। सोने हाल सत श्री अकाल। ते कई प्यार वालिआं ने आ वी लिखिआ, जिकर जदों उन्होंने दो शब्दों के इदा जाप किए, छेवें पातशाह के चरणों का ध्यान धरिया, एकदम बदल आ गए। हुण बदल भी तो हुक्म च ने ना, साडा गुरु रब है, निरंकार है, जो मर्जी कर सकता। हुण बदल जदों आए, बदलों के नाल सब पासे नेरा, उस तो बाद वर्खा एकदम होनी शुरू हो गई। वर्खा दे नाल ओ बलदी कोई अग भी ठंडी होई, तो जदों बदल बारी करके सब पासे नेरा होया, तो भजन च भी कामयाब होए ने। मेरे कहने का इशारा समझो, जिहड़ी मैं गल करनी चाह रहा उहनू पकड़िए, कि प्यारे शब्द दे नाल जुड़ो, बाणी नाल जुड़ो, गुरु दे बचना नाल जुड़ो, गुरु दे बचना नू कमाओ। आए हुए गुरसिखां दा सत्कार आदर माण करो, पर गुरु ते गुरु ग्रंथ साहिब ने ना, आए मिल गुरसिख आए मिल तू मेरे गुरु के प्यारे, ये भी पढ़ाई है। जो दिसे गुरसिखड़ा तिस निव निव लागो पाए जी, ये भी पढ़ाई है, पर गुरु ते गुरु ग्रंथ साहिब ने ना ये चीज नहीं भुलनी। आखो धन गुरु रामदास जी, प्यार नाल आखो न जी धन बाबा। ये मेरी बेनती शब्द नाल जुड़ी है, शब्द की कमाई करिया करो, बाणी पढ़ो, सिमरन करो। कीर्तन की समाप्ति कर रहे हैं, भुल चुक की खिमा कर देना। तो एक बेनती है बड़ी जरूरी, एक प्रोग्राम होंगे जिस मैं कहना किसी परिवारक मैंबर को छुट्टी नहीं, वो रैन सभाई आ रही 10 सितंबर की, माता कौलां जी के दरबार साहब तो पैदल दोवें 3 मिनटों का राह है। इस बारी रैन सभाई 9 बजे शुरू हो जानी, 3:30 समाप्ति, 7 बजे पहुँचना है,
लंगर प्रसाद छक के उत्थे बह जाना है। तो इस बार एक विशेष चीज़ है, दास का बेटा मेरा नहीं तुहाडा ही बच्चा हरसहज सिंह, उसकी दस्तारबंदी भी रख दी है उस दिन, दस्तार सजाउण दा भी। तो यह मैं बेनती करदा, तुसी परिवारक मैंबर हो, एक एक नूं मैं फोन ते कर नहीं सकदा क्योंकि बहुत वड्डा परिवार हुंदा महाराज जी दी मेहर नाल। मेरा यह परसनल इनविटेशन हुणे ही समझ लो, हाथ जोड़े ने दोवें जम्मू वाले हो, आज जिन्ने क बैठे हो ना तुसी ते आए हो, पंजां पंजां नूं नाल लैके आए हो, जिन्हां नूं गुरु ने समर्था दित्ती है ना, गड्डियां गुड़ियां आपे कर लिओ, संगत नूं नाल लैके आउणा है। उस दिन तुहाडे बच्चे की दस्तारबंदी भी है, तो सब ने दर्शन देने ही ने। मौसम जिहो जिहा मर्जी होवे, मीह दा होवे, नेरी दा होवे, जिहो जिहा मर्जी होवे, सेहत थोड़ी ढिली मठी भी होवे ना तां वी आ जिओ, रिपेयर आपे बाबे ने करके तोर देना। आखो धन गुरु रामदास जी, धन गुरु राम। सच्ची गल, आ शरीर है, सुख दुख चलते हैं, कभी गोडे पीड़ हो गए, कभी सिर पीड़, आ कोई वो चीज़ा नहीं होंदियां जिदे करके असी नेम तोड़ देने। वो गुरसिखा ने तो नेम रंबियां दियाँ, रंबिया के नाल जो खोपड़ियां लथ रही उदों नहीं तोड़े, है जी। असी निकी जी सिर पीड़ होंगी तो कहने चल छड यार नेम की करना, इदा नहीं, बाबा परचा ना पावे, इम्तिहान ना लवे, इम्तिहाना चो फेल हाँ, पर मैं सहज एक गल कर रहा है जी। अच्छा सत बचन मैं वार वार हुक्म ला रहे ने, बच्चिया ने गाया मेरे हर सिफत कौर बेटी ने, हर सहज सिंह सुने ना सब ने, हाँ तो ये यूट्यूब पर रिलीज़ किया होया, साड़ी कदे ना छड़ियो बां तेरे बिन रुल जाएंगे, ये मेरे लिखे हुए बोल ने, तो ये बच्चिया ने गाए नाल मैं भी गाया, संगतां बहुत प्यार कर रही हैं, हफ्ता को होया सी रिलीज़ किया, तो तुहाडा हुक्म लगे आ, लेट तो नहीं हो रहे हैं, वैसे जे एक गल मन लो, आखो धन गुरु रामदास जी, धन गुरु रामदास जी, ये तुसी यूट्यूब ते सुन लिओ, आओ जी बड़े प्यार दे विच जो संगत दा हुक्म 27 ते इको ही अंतरा मैं पढ़ांगा, बाकी सुन लेना तुसी, ये लिखे हुए बोल ने साढ़े, ते संगतां बहुत प्यार कर रही हैं, बच्चियां दी मेरे बच्चियां ने, मेरे नहीं तुहाडे बच्चियां ने गाया, सुनियो भी यूट्यूब ते, ते शेयर भी जरूर करियो, पढ़ियो जी प्यार ना। साडी कदे ना छड्डियो बा तेरे बिन रुल जांगे, साड़ी कदे न छड़े ओ बा तेरे बिन रुल जांगे, बोलो साड़ी कदे न छड़े ओ बा तेरे बिन रुल जांगे। बाबा दीप सिंह मेरे पिता, बाबा दीप सिंह मेरे पिता तेरे बिन रुल जांगे, साड़ी कदे ना छड़े ओ बा तेरे बिन रुल जांगे, पौतरला साड़ी कदे ना छड़े ओ बा तेरे बिन रुल जांगे। पिता बाज बच्चिया नु होर केड़ा पुछदा, प्यो तो बिना नहीं कोई पुछदा, सच्ची गल है, चाचे ताया दा सत्कार, पर जो प्यो नाल प्यार बच्चे दा हक जता लेंदे दूजिया नाल थोड़ी जताउंदे, तू ही ते मेरा प्यो है ना, मैं भी तेरे कोल ही सब कुछ मंगना है। पिता बाज बच्चिया नु होर केड़ा पुछदा, तेरे बिना लवा ना मैं साकदे सुख दा, सानू चरणा च दे दे उठा तेरे बिन रुल जांगे, साड़ी कदे ना छड़े ओ बा तेरे बिन रुल जांगे। बाबा दीप सिंह मेरे पिता तेरे बिन रुल जांगे, साड़ी कदे ना छड़े ओ बा तेरे बिन रुल जांगे, सारे कदे ना छड़े ओ बा तेरे बिन रुल जांगे, तेरे बिन रुल जांगे, तेरे बिन रुल जांगे। कीर्तन की समाप्ति कर रहे, बाकी साडा यूट्यूब चैनल है भाई अमनदीप सिंह ऑफिशियल चैनल, उन्होंने सबसक्राइब जरूर करो, होरना भी प्रेरणा करो, ये सुन लेना साड़ी कदे ना छड़े बाहों के जाके, संगत को पता है
ਜਿਹੜੀਆਂ ਸੇਵਾਵਾਂ ਚੱਲ ਰਹੀਆਂ। ਰਾਮ ਤੀਰਥ ਰੋਡ ਆ ਜਾਓ, ਆਪਣੀਆਂ ਅੱਖਾਂ ਨਾਲ ਵੇਖੋ, ਜਿਹੜੇ ਜਾਂਦੇ ਉਹਨਾਂ ਨੂੰ ਬੜੀ ਸ਼ਾਂਤੀ ਮਿਲਦੀ। ਬਸ ਇੱਕ ਮਿੰਟ ਮੈਂ ਲੈਣਾ, ਉਸ ਤੋਂ ਬਾਅਦ ਨੰਦ ਸਾਹਿਬ ਪੜ੍ਹਨ ਲੱਗਿਆ। ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ। CBSE ਸਕੂਲਾਂ 'ਚ ਤੁਹਾਨੂੰ ਪਤਾ ਕਿੰਨੀ ਕਿੰਨੀ ਫੀਸ ਹੁੰਦੀ, ਕਿੰਨੇ ਕਿੰਨੇ ਦਾਖਲੇ, ਆਪਾਂ ਨੋਰਮਲ ਜੀਆਂ ਰੱਖੀਆਂ। ਅਤੇ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਅਤੇ ਦੁਨਿਆਵੀ ਵੀ, CBSE ਸਕੂਲ 'ਚ। ਔਰ ਇਸ ਤੋਂ ਇਲਾਵਾ ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਸਵੇਰੇ 11 to 4 ਲੰਗਰ ਚੱਲਦਾ, 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਕਦੀ ਕਿਤੇ ਕਦੀ ਕਿੱਥੇ, ਜਿੱਥੇ ਜਿੱਥੇ ਲੋੜ ਹੁੰਦੀ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ। ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, 20 ਰੁਪਿਆਂ ਦੀ ਪਰਚੀ 'ਚ ਉਹ ਡਾਕਟਰ ਵੇਖਦੇ ਜਿਹੜੇ ਆਪਣੀ ਕਲੀਨਿਕ 'ਚ 200-200, 300-300, 400-400 ਵੀ ਲੈਂਦੇ ਨੇ, ਨਾਲ 2 ਦਿਨ ਦੀ ਦਵਾਈ, ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 150 ਰੁਪਏ 'ਚ, ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ, ਉੱਥੇ 30 ਦੀ ਦਿੱਤੀ ਜਾਂਦੀ। ਆ ਕੇ ਕਦੀ ਵੇਖੋ ਲੱਗੇ ਹੋਏ ਆ ਯੂਨਿਟ ਜਦੋਂ ਚੱਲਦੇ ਹੁੰਦੇ ਨਾ, ਆ ਕੇ ਕਿਸੇ ਵੀ ਟਾਈਮ ਵੇਖ ਲਓ, ਮਹਾਰਾਜ ਜੀ ਦੀ ਮਿਹਰ ਨਾਲ। ਮੈਂ ਖੁੱਲ੍ਹਾ ਸੱਦਾ ਰੋਜ਼ ਹੀ ਦੇਣਾ ਸੰਗਤ ਨੂੰ, ਆ ਜਾਇਆ ਕਰੋ। ਇਸ ਤੋਂ ਇਲਾਵਾ ਉੱਥੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦਿੱਤਾ ਜਾਂਦਾ। ਪਿਤਾ ਜੀ ਦੀ ਮਿਹਰ ਦਾ ਸਦਕਾ ਉੱਥੇ ਹੀ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ, 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ ਗੁਰਮਤਿ ਦਾ, ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਬੱਚੇ ਕੀਰਤਨ ਕਰਦੇ ਨੇ, ਹੁਣ ਬੱਚੇ ਸਹਿਜ ਪਾਠ ਕਰਨ ਲੱਗ ਪਏ ਨੇ, ਇਹ ਸਭ ਕੁਝ ਉੱਥੇ ਬਿਲਕੁਲ ਨਿਸ਼ਕਾਮ ਚੱਲ ਰਿਹਾ। ਬੱਚਿਆਂ ਨੂੰ ਘੋੜ ਸਵਾਰੀ ਵੀ, ਨਾਲ ਆਪਣਾ ਜਿਮ ਦਾ ਪ੍ਰਬੰਧ ਵੀ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੀ ਲਾਈਆਂ ਜਾ ਰਹੀਆਂ ਕਿ ਬੱਚੇ ਸਮੇਂ ਦੇ ਵੀ ਹਾਣੀ ਬਣਨ। ਅਤੇ ਇਹ ਸੇਵਾਵਾਂ ਅਜੇ ਚੱਲ ਰਹੀਆਂ, ਕੁੰਭ ਚੱਲ ਰਿਹਾ। ਦੂਜਾ ਯੂਨਿਟ ਦਿੱਤਾ ਜਿੱਥੇ ਜੀ ਦੇ ਆ ਪ੍ਰਵਾਨ ਪਾਰਕ, ਉਹ ਸਾਰੀ ਬੜੀ ਤੇਜ਼ੀ ਨਾਲ ਸ਼ੁਰੂ ਹੋ ਗਈ। ਉੱਥੇ ਜਿਸ ਜਗ੍ਹਾ 'ਤੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਅਤੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਮ ਵੀ ਅਤੇ ਗੁਰਦੁਆਰਾ ਸਾਹਿਬ ਵੀ, ਇਹ ਦੂਜਾ ਯੂਨਿਟ ਨਾਲ ਸ਼ੁਰੂ ਹੋਇਆ। ਤੀਜਾ ਯੂਨਿਟ ਦੇ ਦਿੱਤਾ ਤੁਹਾਡੇ ਇਹ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ, ਜਦੋਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਅੱਡਾ ਗੋਪਾਲਪੁਰਾ ਆਉਂਦਾ ਕੱਥੂ ਨੰਗਲ ਤੋਂ ਬਾਅਦ, ਸੜਕ ਦੇ ਉੱਤੇ ਮੇਨ ਰੋਡ ਦੇ ਉੱਤੇ ਜਗ੍ਹਾ ਦਿੱਤੀ ਮਹਾਰਾਜ ਜੀਆਂ ਨੇ, ਜਿੱਥੇ ਸਕੂਲ ਹਸਪਤਾਲ ਬਣਨਾ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। ਦੋ ਚੀਜ਼ਾਂ ਨੂੰ ਮੁੱਖ ਤੌਰ 'ਤੇ ਲੈ ਕੇ ਚੱਲਣਾ, ਐਜੂਕੇਸ਼ਨ ਨੂੰ ਅਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਕਰਦੇ ਹੋ ਪਰ ਹੁਣ ਟੌਪ ਕਲਾਸ, ਪਰ ਤੁਹਾਨੂੰ ਅੱਗੇ ਵਧਣ ਤੋਂ ਫਿਰ ਕੋਈ ਰੋਕ ਨਹੀਂ ਸਕੇਗਾ। ਇਹ ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ, 2500 ਰੁਪਏ ਇੱਕ ਗਜ ਦੀ ਸੇਵਾ, ਕੋਈ ਕਰਨਾ ਚਾਹੇ ਕਰ ਸਕਦਾ, 1-1, 2-2, 5-5 ਗਜ ਦੀ ਸੇਵਾ, ਜਿਹਦੇ ਅੰਦਰੋਂ ਜਿਵੇਂ ਆਵਾਜ਼ ਆਵੇ। ਅਤੇ ਦੂਜੀ ਗੱਲ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ, TV ਸਕਰੀਨ 'ਤੇ ਰੋਜ਼ ਨੰਬਰ ਚੱਲਦੇ ਨੇ। ਇੰਨੀ ਸੇਵਾ ਅਸੀਂ ਟਰੱਸਟ ਨੂੰ ਹਰ ਮਹੀਨੇ ਭੇਜਣੀ ਭੇਜਣੀ, 100, 500, 1000, 10000 ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਆ, ਉਸ ਮੁਤਾਬਕ ਪੱਕੇ ਡੋਨਰ ਬਣੋ, ਤਾਂ ਜੋ ਜਿਹੜੇ ਮੈਂ 113 ਯੂਨਿਟ ਕਹਿੰਦਾ, ਇਹ ਡਬਲ ਟ੍ਰਿਪਲ ਕੰਮ ਹੋ ਜਾਏ। ਤੁਹਾਡੇ ਸਹਿਯੋਗ ਤੋਂ ਬਿਨਾਂ ਨਾ ਕੁਝ ਹੋਇਆ ਨਾ ਕੁਝ ਹੋਣਾ। ਤੁਸੀਂ ਸਭ ਕੁਝ ਕਰ ਰਹੇ ਹੋ, ਮੂਹਰੇ ਮੈਨੂੰ ਲਾਤਾ ਪਰ ਕਰ ਤੁਸੀਂ ਰਹੇ ਹੋ। ਅਤੇ ਇਹ ਸਭ ਨੂੰ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣੋ, ਗੁਰੂ ਮਿਹਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ, ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ, ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿੱਤ ਉਸ ਕਿਤਾਬ ਨੂੰ ਵੰਡਿਆ ਵੀ, ਅਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ, ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇੱਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਅਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਅਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ TV ਸਕਰੀਨ ਦੇ ਉੱਤੇ ਆ ਰਿਹਾ, 9-7-5-9-0-0-4। ਇਸ ਨੰਬਰ 'ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਅਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ 'ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ 'ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ, ਅਤੇ ਇਹ ਨੰਬਰ ਵੀ
अपने मोबाइल ते सेव करन दी कृपालता करो जी। धन्यवाद।